ਵਾਹਿਗੁਰੂ ਜੀ ਗੁਰੂ ਨਾਨਕ ਪਾਗ ਪੰਕਜ ਬੰਦਨ ਪਾਗ ਪੰਕਜ ਬੰਦਨ ਸਿਮਰਉ ੰਗਦ ਦੋਖ ਨੇਕੰਦਨ ਅਮਰਦਾਸ ਹਿਰਦੈ ਨਿਤ ਧਿਆਵਾਂ ਹਿਰਦਾਇ ਨਿਤ ਧਿਆਵਾਂ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਗੁਰੂ ਅਰਜਨ ਭਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੁਬਿੰਦ ਸੋਭ ਮਤ ਪਰਕਾਰਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਇ ਬੋਰੀ ਏਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸੇ ਗੁਰੂ ਗੋਬਿੰਦ ਸਿੰਘ ਬਸਾਲਾ ਧਰਉਂ ਤਰਾ ਪਰ ਪੁਨ ਪੁਨ ਸੀਸਾ ਵਾਹਿ ਗੁਰੂ ਪੁਨ ਪੁਨ ਸੀਸਾ ਬੰਦਉਂ ਭਾਰ ਬਾਰ ਜਗਦੀ ਸਾ ਜਿਸ ਮੈਂ ਅਮਰਤ ਗਿਆਨ ਹੈ ਮਾਨੁਕ ਭਗਤ ਮਹਿਰਾਗ ਗੁਰੂ ਗ੍ਰੰਥ ਸਾਹਿਬਿ ਉਦਦ ਬੰਦੋਂ ਕਰਿ ਅਨੁਰਾਗ ਸਿਣੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਜ ਵਿਕਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੋਕਨ ਕੋਕ ਕਿ ਲਾਲਜ ਪੁੰਜ ਦਿਵਾਕਾਰ ਕੇ ਬਿਨ ਜਯੋ ਅਕੁਲਾਈ ਕੰਨਨ ਕੈਰਵ ਕੋਕ ਕਦੰਬ ਕਲਾਨਦ ਹੀਨ ਕਹਾ ਬਹਿਸਾਈ ਕੋਕਨ ਕੋਕ ਕਿ ਲਾਲਜ ਪੁੰਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਵਾਜ ਪਤਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰਸਵਾਰੀ ਸਾਤ ਸੰਗਤ ਜੀਓ ਤਨ ਤਨ ਸਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਛਾ ਪਿਤਾ ਗਰੀਬ ਨਵਾਜ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ ਇਸ ਕਾਲ ਯੁਗ ਦੇ ਸਮੇਂ ਵਿੱਚ ਗਰੀਬਾਂ ਦੀ ਬਾਹ ਫੜਨ ਵਾਲੇ ਨੀਚਾ ਨੂੰ ਊਚ ਕਰਨ ਵਾਲੇ ਪਰਮੇਸ਼ਵਰ ਦਾ ਰੂਪ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਨੂੰ ਅਸੀਂ ਪਿਆਰਪੂਰਵਕ ਲੜੀਵਾਰ ਗੁਰੂ ਨਾਨਕ ਪ੍ਰਕਾਸ਼ ਨੂੰ ਸਰਵਣ ਕਰ ਰਹੇ ਹਾਂ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਅਸ਼ਚਰਜ ਕੌਤਕ ਹਨ ਜਿਨ੍ਹਾਂ ਨੂੰ ਸਮਝਣਾ ਆਮ ਇਨਸਾਨੀ ਬੁੱਧ ਦਾ ਕੰਮ ਨਹੀਂ ਹਜੂਰ ਜੀ ਨੇ ਬਖਸ਼ਿਸ਼ ਕੀਤੀ ਹੈ ਸੁਲਤਾਨਪੁਰ ਲੋਧੀ ਰਹਿ ਕੇ ਜਿੱਥੇ ਗੁਰੂ ਸਾਹਿਬ ਜੀ ਨੇ ਮੋਦੀ ਖਾਨੇ ਦੀ ਕਿਰਤ ਕੀਤੀ ਹੈ ਮਹਾਰਾਜ ਮੋਦੀ ਖਾਨੇ ਹਟ ਸਾਹਿਬ ਤੇ ਬੈਠੇ ਆ ਜੋ ਵੀ ਪਰਮੇਸ਼ਵਰ ਦਾ ਕੋਈ ਫਕੀਰ ਰੱਬ ਦਾ ਨਾਮ ਲੈਣ ਵਾਲਾ ਜੋ ਵੀ ਕੋਈ ਗਰੀਬ ਗੁਰਬਾ ਗੁਰੂ ਚਰਨਾਂ ਵਿੱਚ ਆਉਂਦਾ ਹੈ ਗੁਰੂ ਮਹਾਰਾਜ ਝੋਲੀਆਂ ਭਰਦੇ ਨੇ ਸਾਧੂ ਸੰਤਾਂ ਤੇ ਗਰੀਬਾਂ ਨੂੰ ਪਾਲਦੇ ਨੇ ਜਿੱਥੇ ਹਜੂਰ ਦਿਨੇ ਇਹ ਕੀਰਤ ਕਰਦੇ ਹਨ ਹਟ ਸਾਬ ਤੇ ਬੈਠ ਕੇ ਉਥੇ ਅੰਮ੍ਰਿਤ ਮਿਲ ਉੱਠ ਕਰਕੇ ਨੇੜੇ ਹੀ ਚੱਲ ਰਹੀ ਵਹੀਂ ਦੀ ਵਹੀਂ ਨਦੀ ਉਹਨੂੰ ਕਿਹਾ ਉਹਦੇ ਵਿੱਚ ਇਸ਼ਨਾਨ ਕਰਦੇ ਹਨ ਉਸ ਦੇ ਕਿਨਾਰੇ ਤੇ ਬੈਠ ਕੇ ਚੌਂਕੜਾ ਲਾ ਕੇ ਹਜ਼ੂਰ ਪਾਤਸ਼ਾਹ ਜੀ ਸਿਮਰਨ ਕਰਦੇ ਨੇ ਅੰਮ੍ਰਿਤ ਵੇਦ ਦੇ ਸਮੇਂ ਹੁਣ ਤੱਕ ਵੀ ਸੁਲਤਾਨਪੁਰ ਸਾਹਿਬ ਜਾਈਏ ਬੇਰ ਸਬ ਗੁਰਦੁਆਰਾ ਉਸ ਦੇ ਪਿਛਲੇ ਪਾਸੇ ਜਿੱਥੇ ਹਜ਼ੂਰ ਜੀ ਨੇ ਵਹੀਂ ਦੀ किनारे ਤੇ ਬੈਠ ਕੇ 베ਰੀ ਦੀ ਦਾਤਣ ਕਰਕੇ ਗੱਡੀ ਉਹ 베ਰੀ ਹਰੀ ਹੋਈ ਔਰ ਹੁਣ ਉਥੇ ਕਾਫੀ ਰੂਪ ਵਿੱਚ 베ਰੀਆਂ ਮੌਜੂਦ ਨੇ ਪਰਾਚੀਨ 베ਰੀ ਵੀ ਹਾਜ਼ਰ ਹੈ ਤੇ ਗਰੀਬ ਨਵਾਜ਼ ਦਾ ਉਥੇ ਨਾਲ ਹੀ ਥੱਲੇ ਭੋਰਾ ਬਣਿਆ ਹੋਇਆ ਹੈ ਉਹਦੇ ਦਰਸ਼ਨ ਕਰੀਏ ਤੇ ਉਥੇ ਲਿਖਿਆ ਹੋਇਆ ਇਤਿਹਾਸ ਕਿ ਲੰਬਾ ਸਮਾਂ ਉਥੇ ਮੇਰਾ ਖਿਆਲ 13 ਕ 14 ਸਾਲ ਕਿੰਨੇ ਮਹੀਨੇ ਦਿਨਾਂ ਦਾ ਸਮਾਂ ਲਿਖਿਆ ਹੋਇਆ ਹੈ ਕਿ ਸਾਹਿਬ ਗੁਰੂ ਨਾਨਕ ਸਾਹਿਬ ਜੀ ਉੱਥੇ ਬੈਠ ਕਰਕੇ ਇਸ਼ਨਾਨ ਕਰਕੇ ਚੌਂਕਣਾ ਮਾਰ ਕੇ ਸਿਮਰਨ ਕਰਿਆ ਕਰਦੇ ਸਨ। ਤਾਂ ਤਨ ਸਾਹਿਬ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਦੁਨੀਆਂ ਦੇ ਜੋ ਗੁਰੂ ਪਾਤਸ਼ਾਹ ਜੀ ਨੂੰ ਤੱਕ ਕਰਕੇ ਲੋਕ ਗੁਰੂ ਸਾਹਿਬ ਨਾਲ ਈਰਖਾ ਕਰਨ ਵਾਲਿਆਂ ਦੇ ਕਈ ਵਾਰ ਮੂੰਹ ਕਾਲੇ ਕੀਤੇ ਜਦੋਂ ਹਿਸਾਬ ਕੀਤਾ ਗੁਰੂ ਨਾਨਕ ਦੇ ਵਾਅਦੇ ਨਿਕਲੇ ਹੁਣ ਗਰੀਬ ਬਨਵਾਜ ਸ਼ੰਚਾ ਪਿਤਾ ਜੀ ਨੇ ਅश्चर्य ਕੌਤਕ ਕੀਤਾ ਹੈ ਕਹਿਣ ਲੱਗੇ ਭਾਈ ਬਾਲਾ ਜੀ ਤੁਸੀਂ ਹੁਣ ਬੇਬੇ ਜੀ ਦੇ ਘਰ ਚਲੇ ਜਾਓ ਅਸੀਂ ਕੁਝ ਅश्चर्य ਕੌਤਕ ਕਰਨਾ ਹੈ ਭਾਈ ਪੰਘੀਰਥ ਜੀ ਨੂੰ ਪ੍ਰੇਰਿਤ ਦਿੱਤਾ ਕਿ ਬੇਬੇ ਜੀ ਦੇ ਘਰੇ ਜਾਓ ਤੇ ਕਦੇ-ਕਦੇ ਦਰਸ਼ਨ ਕਰਨ ਆਇਆ ਕਰੀਂ ਅਸੀਂ ਕੁਝ ਕਾਰਜ ਕਰਨਾ ਹੈ ਗਰੀਬ ਬਨਵਾਜ ਨੇ ਮਖਸ਼ਿਸ਼ ਕੀਤੀ ਹੈ ਵਹੀਂ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਨੇ ਸੇਵਾਦਾਰ ਨੂੰ ਬਸਤਰ ਪਕੜਾਏ ਨੇ ਵਹੀਂ ਦੇ ਵਿੱਚ ਚੁੱਭਾ ਲਾਇਆ ਬਾਅਦ ਵਿੱਚ ਬਾਹਰ ਆਏ ਹੀ ਨਹੀਂ ਓਨੇਕ-ਉਨੇਕ ਕਰਕੇ ਸੇਵਕ ਜਿਸ ਮਿਲਨੇ ਕੰਬਰਾਇਆ ਭੰਜਾ ਹੋਇਆ ਨਵਾਬਕੁਲ ਗਿਆ ਨਵਾਬ ਨੇ ਝਟ ਸੁਣਦਿਆਂ ਸਾਰ ਸੋ ਆਪਣੀ ਕੋਣੀ ਤੇ ਕਾਠੀ ਪੂਆ ਕੇ ਤੋਂ ਆਪਣੇ ਚੋਬਿਆਂ ਨੂੰ ਇਸ ਪ੍ਰਕਾਰ ਬੁਲਾ ਲਿਆ ਤੇ ਇਸ ਦੀ ਕਨਾਲ ਸੋ ਭੰਜ ਕਰਕੇ ਵੇਹਿੰਦੇ ਕਿਨਾਰੇ ਆ ਕਰਕੇ ਸੋ ਚੋਬਿਆਂ ਨੂੰ ਵਿੱਚ ਬਾੜਿਆ ਹੈ ਜਾਲ ਪਾ ਪਾ ਕੇ ਸਾਰਾ ਵੇਹਿੰਦਾ ਪਾਣੀ ਜਿਹੜਾ ਹੈ ਪੁਣਿਆ ਹੈ ਤੋ ਕੋਈ ਗੁਰੂ ਪਾਤਸ਼ਾਹ ਜੀ ਆਮ ਸੰਸਾਰੀ ਬੁੱਧ ਇਹੀ ਸੋਚ ਸਕਦੀ ਹੈ ਕਿ ਸਰੀਰ ਸੀ ਪਾਣੀ ਚ ਡੁੱਬ ਗਿਆ ਪਰ ਕੁਛ ਵੀ ਹੱਥ ਜਦੋਂ ਨਹੀਂ ਆਇਆ ਹੈ ਤਾਂ ਸਾਰੇ ਹੈਰਾਨ ਨੇ ਪਰੇਸ਼ਾਨ ਨੇ ਭਈਆ ਜੈ ਰਾਮ ਜੀ ਨੂੰ ਜਿਸ ਵੇਲੇ ਖਬਰ ਮਿਲੀ ਹੈ ਸੋ ਬਹੁਤ ਇਸ ਪ੍ਰਕਾਰ ਨਿਰਾਸ਼ਾ ਦੇ ਵਿੱਚ ਹੋ ਕਰਕੇ ਉਹ ਵੀ ਆਣ ਕੇ ਕਿਨਾਰੇ ਤੇ ਖੜਾ ਹੈ ਇਸ ਤਰੀਕੇ ਦੇ ਨਾਲ ਸੋ ਵਿਚਾਰਾਂ ਤੇ ਸੋਚਾਂ ਵਿੱਚ ਸਾਰੇ ਹੀ ਘਬਰਾਏ ਹੋਏ ਖੜੇ ਨੇ ਜਿਵੇਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਤੋਂ ਗਰੀਬ ਨਿਵਾਜ ਦਾ ਧਾਰ ਉਸ ਵਾਤਾਵਰਣ ਨੂੰ ਜੋ ਇੱਕ ਕਰਣਾ ਰਸ ਦਾ ਰੂਪ ਧਾਰੀ ਬੈਠਾ ਹੈ ਉਦਾਸੀ ਹੈ ਕਵੀ ਜੀ ਨੇ ਬੜੇ ਸੁੰਦਰ ਛੰਦ ਵਿੱਚ ਬਿਆਨ ਕੀਤਾ ਆਹ ਪਿਆਰਪੂਰਵਕ ਸਹਿਬ ਗੁਰੂ ਨਾਨਕ ਸਾਹਿਬ ਜੀ ਵਹੀ ਨਦੀ ਦੇ ਵਿੱਚ ਚੁੱਭਾ ਲਾ ਕੇ ਸਰੀਰ ਨੂੰ ਅਲੋਪ ਕੀਤਾ ਹੈ ਸੋ ਨਵਾਬ ਆਣ ਕਰਕੇ ਦੌਲਤਖਾਨਾ ਲੋਦੀ ਕਿਨਾਰੇ ਤੇ ਖੜਾ ਹੈ ਇਸ ਦੇ ਨਾਲ ਇਸ ਦੇ ਨੌਕਰ ਚਾਕਰ ਔਰ ਦੁਨੀਆਂ ਦੇ ਲੋਕ ਵੀ ਇਸ ਅਸਚਰਜ ਨੂੰ ਦੇਖਣ ਲਈ ਇਕੱਠੇ ਹੋਏ ਹੋਏ ਨੇ ਚੋਬੇ ਆਦਿਕ ਵਿੱਚ ਬੜੇ ਬਈਂ ਦੇ ਵਿੱਚ ਸੋ ਗੁਰੂ ਸਾਹਿਬ ਦੇ ਸ੍ਰੀ ਨੂੰ ਲੱਭ ਰਹੇ ਨੇ ਸਭ ਪਾਸੇ ਨਿਰਾਸ਼ਾ ਛਾਈ ਹੋਈ ਹੈ ਤੋ ਕਵੀ ਜੀ ਇਸ ਪਾਵਨ ਪਵਿੱਤਰ ਸਮੇਂ ਤੇ ਸੁੰਦਰ ਪ੍ਰਮਾਣ ਦੇ ਕਰਕੇ ਉਸ ਸਮੇਂ ਦਾ ਬਿਆਨ ਕਰ ਰਹੇ ਨੇ ਇਤਿਹਾਸ ਦੀ ਲੜੀ ਨੂੰ ਆਪਾਂ ਅੱਗੇ ਤੋਰਦੇ ਹੋਏ ਪ੍ਰਸੰਗ ਨੂੰ ਸਰਵਣ ਕਰੀਏ ਗੁਰੂ ਚੰਨਾ ਚ ਮਨ ਜੋੜੀਏ ਮੁੱਖ ਨੂੰ ਪਵਿੱਤਰ ਕਰਦੇ ਹੋਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਕੋਕਨ ਕੋਕ ਕਿ ਲਾਲਜ ਪੁੰਜ ਤੋ ਦੱਸਦੇ ਨੇ ਵੀ ਜਿਸ ਤਰੀਕੇ ਦੇ ਨਾਲ ਸੋ ਜਿਹੜਾ ਕਬਲ ਨੇ ਅਤੇ ਚੱਕਵੀ ਤੇ ਚਕਮਾ ਹੈ ਜੇ ਮੈਂ ਬਹੁਤ ਸਾਰੇ ਏਜ ਹੋਣ ਤਾਂ ਦਿਵਾ ਕਰਕੇ ਬਿਨ ਜਿਉ ਅਕਲਾਏ ਜਿਸ ਤਰ੍ਹਾਂ ਦਿਵਾਕਰ ਸੂਰਜ ਜਣ ਹੈ ਉਹ ਨਾ ਚੜੇ ਇਹ ਸਾਰੇ ਹੀ ਉਕਲਾ ਜਾਂਦੇ ਨੇ ਘਬਰਾ ਜਾਂਦੇ ਕਾਲੇ ਪੈ ਜਾਂਦੇ ਕਮਲ ਵੀ ਸੂਰਜ ਨੂੰ ਦੇਖ ਕੇ ਖੜਦਾ ਹੈ ਚਕਮਾ ਤੇ ਚਕਮੀ ਮੀਂਹ ਦਾ ਸੂਰਜ ਚੜਦਾ ਤੇ ਉਦੋਂ ਹੀ ਇਕੱਠੇ ਹੁੰਦੇ ਹਨ ਕੰਨਨ ਕੈਰਵ ਕੋਕਕਦੰਬ ਤੋਂ ਕਹਿੰਦੇ ਕਤੰਬ ਸਮੂਹ ਸੋ ਇਸ ਪ੍ਰਕਾਰ ਸੋ ਜਿਹੜੇ ਸੋ ਚਕੌਰ ਹੁੰਦੀ ਐ ਚੰਦ ਚਕੌਰ ਪ੍ਰੀਤ ਹੈ ਲਾਇ ਤਾਰ ਨਿਹਾਲੇ ਚਕੌਰ ਤੇ ਇਸ ਤਰੀਕੇ ਦੇ ਨਾਲ ਸੋ ਜਿਹੜੇ ਹਨ ਸੋ ਕਾਨਨ ਸੋ ਭਾਵ ਜੜੀ ਕੈਰਬ ਕਮੀਆਂ ਜੋ ਕਮੀਆਂ ਦੀ ਬਗੀਚੀ ਹੈ ਤੇ ਜਿਵੇਂ ਚਕੋਰਾ ਹਨ ਜੜੀਆਂ ਸਾਰੀਆਂ ਕਲਾਨਿਤ ਕਲਾ ਨਿਦਹੀਨ ਕਹਾਂ ਬਹਿਸਾਈ ਤੇ ਭਾਈ ਕਲਾ ਨਿਦ ਜੇ ਚੰਦਰਮਾ ਨਾ ਚੜੇ ਤੇ ਉਹਦੇ ਤੋਂ ਤਾਂ ਕਿੰਦਾ ਖਿੜ ਸਕਦੀਆਂ ਨੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਨਾਲ ਮਹਿਮਾ ਦੇ ਰਹੇ ਨੇ ਗੁਰੂ ਪਾਤਸ਼ਾਹ ਜੀ ਸੂਰਜ ਦੀ ਨਿਆਈ ਸੋ ਕਮਲਾਂ ਨੂੰ ਖੜਾਉਣ ਵਾਲੇ ਚੱਕਵੀ ਚਕਮੀਆਂ ਨੂੰ ਆਨੰਦ ਦੇਣ ਵਾਲੇ ਹਨ ਤੇ ਸਭ ਨਿਰਾਸ਼ ਨੇ ਤੇ ਚਕੋਰਾ ਤੇ ਕਮੀਆਂ ਜੜੀਆਂ ਨੇ ਚੰਦਰਮਾ ਤੋਂ ਬਿਨਾ ਜਿਸ ਤਰੀਕਾ ਉਦਾਸ ਨੇ ਐਵੇਂ ਸਭ ਪਾਸੇ ਉਦਾਸੀ ਛਾਈ ਹੋਈ ਹੈ ਤੋਤਕ ਕੇਕ ਜਿਬਕ ਅਨੇਕ ਤੋ ਕਹਿੰਦੇ ਨੇ ਭਾਈ ਤੋਕਕ ਬਬੀਹੇ ਕੇਕ ਜਿਹੜੇ ਮੋਰ ਨੇ ਤੇ ਜੇ ਭੇਕ ਡੱਡੂ ਹਨ ਜਿਹੜੇ ਬਲਾਹਕ ਕੇ ਬਿਨਾਂ ਹਰ ਖਾਈ ਜਿਸ ਤਰ੍ਹਾਂ ਬੱਦਲ ਤੋਂ ਬਿਨਾ ਬੱਦਲ ਆਵੇ بارش ਪਾਵੇ ਤਾਂ ਹੀ ਖੁਸ਼ ਹੁੰਦੇ ਨੇ ਬਿਨਾ ਬੱਦਲ ਤੋਂ بارش ਤੋਂ ਕਹਿੰਦੇ ਜੇ ਮੈਂ ਖੁਸ਼ ਨਹੀਂ ਹੁੰਦੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਬਿਨਾ ਸਾਰੇ ਹੀ ਇਸ ਪ੍ਰਭਾਵਯੋਗ ਹੋਏ ਹੋਏ ਹਨ ਸ੍ਰੀ ਗੁਰ ਕੀ ਗਤ ਐਸੇ ਬਲੋਕ ਕੈ ਤਨ ਸਹਿਬ ਗੁਰੂ ਨਾਨਕ ਮਹਾਰਾਜ ਜੀ ਦੀ ਐਹੋ ਜਹੀ ਸੋ ਮਹਾਰਾਜ ਦੀ ਲੀਲਾ ਨੂੰ ਵੇਖ ਕਰਕੇ ਹੀ ਸਾਰੇ ਹੋਤ ਜੇ ਪ੍ਰੀਤਮ ਤੈਉ ਦੁੱਖ ਪਾਈ ਜਿਹਨੇ ਸਾਹਿਬ ਗੁਰੂ ਨਾਨਕ ਸਾਹਿਬ ਨਾਲ ਪਿਆਰ ਕਰਨ ਵਾਲੇ ਹਿਰਦੇ ਸਨ ਇਸ ਤਰ੍ਹਾਂ ਸਾਰੇ ਉਦਾਸ ਹੋਏ ਹੋਏ ਹਨ ਨਾਨਕੀ ਏਕ ਰਹੀ ਔਰ ਮੈਂ ਥਿਰ ਪਰ ਬੀਬੇ ਨਾਨਕੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਉਹ ਇੱਕ ਲਗਾਤਾਰ ਟਿਕੇ ਹੋਏ ਮਨ ਵਿੱਚ ਸਥਿਰ ਰਹੇ ਨੇ ਉਹਨਾਂ ਦਾ ਮਨ ਨਹੀਂ ਡੋਲਿਆ ਹੈ ਔਰਨ ਕੀ ਸਰਨਾ ਪਰਮਾਈ ਜਿਸ ਤਰ੍ਹਾਂ ਹੋਰ ਸਾਰੇ ਹੀ ਭਰਮ ਗਏ ਨੇ ਭੁਲੇਖਾ ਖਾ ਗਏ ਨੇ ਕੰਭਰਾ ਗਏ ਨੇ ਬੇਬੇ ਨਾਨਕੀ ਜੀ ਦਾ ਮਨ ਟਿਕਿਆ ਹੋਇਆ ਉਹ ਨਹੀਂ ਡੋਲੇ ਹਨ ਸੋਦਰ ਈਸਰ ਕੋ ਅਵਤਾਰ ਕਿਉਂ ਨਹੀਂ ਡੋਲੇ ਕਿਉਂਕਿ ਬੇਬੇ ਨਾਨਕੀ ਜੀ ਦੇ ਮਨ ਦੇ ਵਿੱਚ ਇਹ ਯਕੀਨ ਆ ਹੈ ਕਿ ਸੋਦਰ ਸਹ ਉਦਰ ਜੋ ਇੱਕ ਮਾਤਾ ਦੇ ਉਦਰ ਤੋਂ ਅਸੀਂ ਪੈਦਾ ਹੋਏ ਕਹਿੰਦੇ ਮੇਰਾ ਜੋ ਸਾਕਾ ਵੀਰ ਹੈ ਭਰਾ ਹੈ ਉਹ ਪਰਮੇਸ਼ਵਰ ਦਾ ਅਵਤਾਰ ਹੈ ਕਰੇ ਨਾਰ ਖੇਲ ਅਪੀਲ ਸਦਾਈ ਉਹ ਮਨੁੱਖੀ ਸਰੀਰ ਦੇ ਵਿੱਚ ਖੇਲਾ ਕਰ ਰਹੇ ਨੇ ਸੋ ਜਿਹੜੀਆਂ ਕਿ ਅਪੀਲ ਨੇ ਭਾਵ ਕੋਈ ਸਮਝ ਨਹੀਂ ਸਕਦਾ ਹੈ ਸੱਚੀਆਂ ਖੇਲਾ ਕਰਦੇ ਹਨ ਅਸਚਰਜ ਕੰਤ ਕੇ ਸੰਗ ਗिरा ਉਚਰੀ ਤੋਂ ਬੇਬੇ ਨਾਨਕੀ ਜੀ ਨੇ ਆਪਣੇ ਪਤੀ ਦੇ ਬਜਾਇ ਰਾਮ ਜੀ ਨੂੰ ਇਸਤਰੀ ਦੇ ਨਾਲ ਬਚਨ ਕਹੇ ਹਨ ਹੋਰ ਧੀਰ ਧਰੋ ਤਜ ਆਤੁਰ ਤਾਈ ਤੁਸੀਂ ਅਧੀਨ ਗੀ ਦੁੱਖ ਨੂੰ ਛੱਡੋ ਧੀਰਜ ਧਾਰਨ ਕਰੋ ਜੀ ਬਾਸਰ ਨਾਹ ਜਥਾ ਗ੍ਰਸ ਰਾਹੋ ਦੇਖ ਬਾਸਰ ਨਾ ਹੈ ਦਿਨ ਦਾ ਮਾਲਕ ਜਿਹੜਾ ਸੂਰਜ ਹੈ ਜਿਸ ਤਰ੍ਹਾਂ ਗ੍ਰਹਿਣ ਲੱਗਦਾ ਕਹਿੰਦੇ ਰਾਹੂ ਨੇ ਘਰਸ ਲਿਆ ਹੈ ਤੇ ਕਈ ਵਾਰ ਸੂਰਜ ਦੇ ਮੂਹਰੇ ਐਸਾ ਪੜਦਾ ਆਉਂਦਾ ਸਾਰੇ ਹੀ ਹਨੇਰਾ ਛਾ ਜਾਂਦਾ ਜਿੱਦਾਂ ਤਥਾ ਵਿਦ ਆਹੀ ਹੋਵੇ ਵਿਦਤਾਈ ਇਹ ਇਸੇ ਤਰ੍ਹਾਂ ਦੀ ਗੱਲ ਹੋਣੀ ਹੈ ਮੇਰੇ ਭਰਾਤਾ ਰੱਬ ਦਾ ਰੂਪ ਨੇ ਉਹਨਾਂ ਨੇ ਪ੍ਰਗਟ ਹੋ ਜਾਣਾ ਹੈ ਸਵਈਆ ਸੁਨ ਕਾਨ ਜੈ ਰਾਮ ਪਨੇ ਬਚਨਾ ਜੈ ਰਾਮ ਜੀ ਨੇ ਕੰਨਾਂ ਵਿੱਚ ਗੱਲ ਸੁਣੀ ਬਚਨ ਕੀਤੇ ਹਨ ਜਲ ਜਤ ਬਲੋਚਨ ਤੇ ਜਲ ਜਤ ਤੋਂ ਇਸ ਪ੍ਰਕਾਰ ਨੇਤਰ ਕਵਲਾਂ ਦੇ ਵਿੱਚੋਂ ਜਲ ਵਗ ਰਿਹਾ ਹੈ ਇਸ ਤਰ੍ਹਾਂ ਬਹੁ ਜਾਰ ਪਸਾਰ ਕੈ ਬਾਰ ਨਿਹਾਰਨ ਕਹਿੰਦੇ ਬਹੁਤ ਵਾਰ ਜਾਲ ਪਾਪਾ ਕਰਕੇ ਪਾਣੀ ਵਿੱਚ ਬਹੁਤ ਵਾਰੀ ਵੇਖਿਆ ਹੈ ਪਾਣੀ ਨੂੰ ਪੁਣ ਕੇ ਕੇਵਟ ਵਿੱਚ ਬਰੇ ਮਿਲ ਬਤ ਬਹੁਤ ਸਾਰੇ ਚੁੰਬੇ ਤੇ ਮਲਾ ਜਿਹੜੇ ਨੇ ਪਾਣੀ ਵਿੱਚ ਵੜੇ ਨੇ ਮੋਢਿਆਂ ਨਾਲ ਮੋਢੇ ਮਿਲ ਕੇ ਇਹ ਤੇ ਇਸ ਪ੍ਰਕਾਰ ਗੱਲਾਂ ਕਰਦੇ ਹਨ ਚਖ ਕਛਪ ਬ੍ਰਿੰਦ ਫਸੇ ਨਿਕਸੇ ਸਭ ਤੇ ਵਿੱਚੋਂ ਮੱਛੀਆਂ ਤੇ ਕੱਛੂ ਇਸ ਤਰੀਕੇ ਦੇ ਨਾਲ ਇਹ ਜਲ ਜੰਤੂ ਤਾਂ ਬਹੁਤ ਜਾਲ ਵਿੱਚ ਫਸ ਕੇ ਨਿਕਲੇ ਹਨ ਖੋਜ ਥੱਕੇ ਨਹਿ ਪਾਵਤ ਗਿਆਤ ਕਹਿੰਦੇ ਨੇ ਭਾਈ ਐਨੀ ਕਹਿੰਦੇ ਨੇ ਖੋਜ ਕੀਤੀ ਹੈ ਵੇਈ ਨਦੀ ਦੇ ਵਿੱਚ ਪਰ ਕੁਝ ਵੀ ਸਾਨੂੰ ਸੋਝੀ ਨਹੀਂ ਪ੍ਰਾਪਤ ਹੁੰਦੀ ਵੀ ਹੋਇਆ ਕੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਸਰੀਰ ਕਿੱਥੇ ਗਿਆ ਮੇਰੇ ਪਤਾ ਦ ਨਿਰਾਸ਼ ਫਿਰੇ ਪੁਛਤਾਏ ਤੂੰ ਰਾਜੈ ਆਦਕ ਨਵਾਬ ਦੇ ਸਮਿਤ ਸਾਰੇ ਹੀ ਸੋ ਨਿਰਾਸ਼ ਹੋ ਕਰਕੇ ਵੈਂਦ ਕਿਨਾਰੇ ਤੇ ਪਛਤਾਉਂਦੇ ਫਿਰਦੇ ਹਨ ਉਪਾਏ ਕੀਏ ਬਹੁਤ ਸੋ ਨਾ ਅਗਾਤਾ ਕਹਿੰਦੇ ਇੰਨੇ ਯਤਨ ਕੀਤੇ ਹਨ ਪਰ ਗੁਰੂ ਨਾਨਕ ਸਾਹਿਬ ਦਾ ਸਰੀਰ ਪ੍ਰਾਪਤੀ ਨਹੀਂ ਹੋਇਆ ਸਾਨੂੰ ਰੋਦਨ ਕੀਨ ਸੁਲੱਖਣ ਤਾਂ ਛਿਨ ਸਾਡੇ ਜਗਤ ਮਾਤਾ ਜੀ ਮਾਤਾ ਸੁਲੱਖਣੀ ਜੀ ਵੀ ਵਿਰਾਗ ਵਿੱਚ ਆ ਗਏ ਹਨ ਵਿਛੋੜਾ ਜਾਣ ਕੇ ਦੇਨ ਗयो ਕਰ ਮੇਰ ਭਰ ਤਾਰ ਮੇ ਪ੍ਰਧਾਰਾ ਮੇਰਾ ਪ੍ਰਧਾਰ ਮੇਰਾ ਪਤੀ ਕਹਿੰਦੇ ਮੈਨੂੰ ਤਾਂ ਅਧੀਨ ਕਰ ਗਿਆ ਇਉ ਕਉਤਕਮਰ ਤਾਕੇ ਪੰਕਤ ਤੇ ਵਿਛਰੀ ਨਿਜ ਜੈਉ ਜਿਸ ਤਰੀਕੇ ਦੇ ਨਾਲ ਆਪਣੀ ਡਾਰ ਦੇ ਵਿੱਚੋਂ ਕੂੰਜ ਵਿਛੜ ਜਾਂਦੀ ਐ।ੁਰਲਾਵਤ ਕੂੰਜ ਭਇਓ ਦੁਖ ਭਾਰਾ ਜਿਵੇਂ ਕੂੰਜ ਇਕੱਲੀ ਹੋਈ ਕਰਲਾਉਂਦੀ ਇਸ ਤਰੀਕੇ ਦੇ ਨਾਲ ਮਾਤਾ ਸੁਲਖਣੀ ਜਿਹਨੇ ਵਿਰਾਗ ਕੀਤਾ ਹੈ। ਕੇਸ ਉਖਾਰਤ ਤਾਰਤ ਹੈ ਉਰ। ਤੋਂ ਉਸ ਮਿਲਨੇ ਕਵੀ ਜੀ ਆਪਣੇ ਜਿਹੜਾ ਇਸ ਪ੍ਰਕਾਰ ਇਹ ਰਸ ਹੈ ਕਵਤਾ ਦਾ ਉਸ ਨੂੰ ਪੂਰਨ ਕਰ ਰਹੇ ਨੇ ਸਾਡੇ ਮਾਤਾ ਜੀ ਗੁਰੂ ਪਾਤਸ਼ਾਹ ਜੀ ਦੇ ਮਹਿਲ ਹਨ ਸਿਦਕ ਸੰਤੋਖ ਵਿੱਚ ਟਿਕਣ ਵਾਲੇ ਹਨ ਜੀ ਭੁਖਨ ਡਾਰ ਤਹਾਰ ਉਤਾਰਾ ਤੇ ਮਾਤਾ ਜੀ ਨੇ ਕਹਿੰਦੇ ਨੇ ਵੀ ਵਿਰਾਗ ਕੀਤਾ ਇਸ ਢੰਗ ਦੇ ਨਾਲ ਲੋਚਨ ਤੇ ਜਲ ਧਾਰ ਛੁੱਟੇ ਇਸ ਪ੍ਰਕਾਰ ਵਿਰਾਗ ਦਾ ਜਲ ਨੇਤਰਾਂ ਵਿੱਚ ਆਇਆ ਹੈ ਸਵ ਚੀਰ ਭਿੱਗੇ ਤਨ ਕੀ ਨ ਸੰਭਾਰਾ ਉਹ ਇਸ ਤਰੀਕੇ ਦੇ ਨਾਲ ਵਿਰਾਗ ਵਿੱਚ ਹੋ ਕਰਕੇ ਆਪਣੇ ਸਰੀਰ ਦੀ ਅਵਸਥਾ ਜਿਹੜੀ ਬੇਬਲਕ ਕੀਤੀ ਹੈ ਏ ਪਤ ਤੋ ਬਿਨ ਭੌਨ ਭਾ ਸੂਨ ਏ ਪਤੀ ਦੇਵ ਜੀ ਤੁਹਾਡੇ ਤੋਂ ਬਿਨਾ ਤਾਂ ਘਰ ਸੁਈਆ ਹੋ ਗਿਆ ਹੈ ਸੁਦਾਨ ਕੋ ਥਾਨ ਉਦਾਸ ਲੱਗੇ ਹੈ ਤੇ ਇਹ ਜਿਹੜੇ ਥਾਨ ਤੇ ਆਪ ਜੀ দান ਕਰਿਆ ਕਰਦੇ ਸੋ ਉਹ ਥਾਂ ਜਿਹੜਾ ਹੁਣ ਉਦਾਸ ਹੋ ਗਿਆ ਹੈ ਸੁਦੇ ਇਨਕੋ ਤ੍ਰਿਪਤਾਵਹਿ ਮਹਾਰਾਜ ਇਹ ਹੁਣ ਨੰਗਿਆਂ ਤੇ ਭੁੱਖਿਆਂ ਨੂੰ ਹੁਣ ਕਿਹੜਾ ਦਾਤਾ ਹੈ ਜੋ ਤੁਹਾਡਾ ਤੁਹਾਡੇ ਵਾਂਗ ਦਾਨ ਦੇ ਕਰਕੇ ਇਹਨਾਂ ਦੀ ਪੂਰਤੀ ਕਰੇਗਾ ਆਣ ਪਿਖਾਰੀ ਕੋ ਬ੍ਰਿੰਦ ਮੰਗੇ ਹੈ ਮਹਾਰਾਜ ਬਹੁਤ سارے ਪਿਖਾਰੀ ਗਰੀਬ ਆਣ ਆਣ ਕੇ ਦਰਵਾਜੇ ਤੇ ਮੰਗਦੇ ਹੁਣ ਮਹਾਰਾਜ ਜਿੱਦਾਂ ਅੱਗੇ ਤੁਸੀਂ ਬਖਸ਼ਦੇ ਸੀ ਆਪ ਕਹਾ ਗਏ ਦिए ਬਿਨਾ ਸੁਧ ਤੇ ਸਾਨੂੰ ਬਿਨਾ ਹੀ ਕੋਈ ਖਬਰ ਦੱਸਿਆ ਮਹਾਰਾਜ ਤੁਸੀਂ ਕਿੱਥੇ ਚਲੇ ਗਏ ਜੀ અમૃત કે હેત નકો ઉપજે હે મહારાજ દેખો ਜਿਨ ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਮੌਤ ਮੌਤ ਦਾ ਕਾਰਨ ਤਾਂ ਕੋਈ ਦਿਸਦਾ ਨਹੀਂ ਹੈ ਬਾਰਕਤਾਤ ਆਧਾਰ ਨਾਮੋ ਕੋ ਦੇਖੋ へ ਬਚਿਆਂ ਦੇ ਪਿਤਾ ਜੀ ਮੇਰਾ ਆਸਰਾ ਹੁਣ ਕੀ ਰਹੇਗਾ ਜੇ ਤੁਸੀਂ ਐਸਾ ਕਰਗੇ ਤਾਂ ਸੋਕ ਜੱਗੇ ਉਰ ਧੀਰ ਭਗੇ ਹੈ ਇਸ ਤਰ੍ਹਾਂ ਦੇ ਨਾਲ ਚਿੰਤਾ ਉਪਜਦੀ ਹੈ ਧੀਰਜ ਹਿਲਦਾ ਹੈ ਮਨ ਦੇ ਵਿੱਚੋਂ ਜਾ ਵਿਦ ਸੋਕ ਗਿਰਾ ਬਹੁ ਭਾਂਤਨ ਇਸ ਤਰੀਕੇ ਦੇ ਨਾਲ ਚਿੰਤਾਵਾਲੀ ਬਾਣੀ ਇਸ ਤਰ੍ਹਾਂ ਦੀ ਕਹਿੰਦੇ ਬਹੁਤ ਉਚਾਰਨ ਹੋਈ ਹੈ ਬੋਲਤ ਹੈ ਬਿਰਲਾਪ ਪੁਕਾਰਾ ਤੋ ਬਣਾ ਬਿਰਲਾਪ ਕੀਤਾ ਕਹਿੰਦੇ ਇਸ ਤਰ੍ਹਾਂ ਦੇ ਬਚਨ ਬੋਲੇ ਹਨ ਬਾਮਪੁਰੇ ਅੰਗ ਸੂਚਕ ਹੋਵੇ ਸੁਭ ਪਰ ਦੁਨੀਆਂ ਵੱਲ ਦੇਖ ਕੇ ਕਹਿੰਦੇ ਨੇ ਉਦਾਸੀ ਤਾਂ ਛਾਈ ਹੈ ਪਰ ਸਾਡੇ ਮਾਤਾ ਸੁਲੱਖਣੀ ਜੀ ਦੇ ਖੰਭੇ ਅੰਗ ਫਰਕ ਰਹੇ ਹਨ ਇਹ ਸੁਭ ਮੰਨੇ ਜਾਂਦੇ ਨੇ ਔਰਤ ਦੇ ਕਾਰਨ ਕੌਣ ਹੈ ਆਏ ਵਿਚਾਰਾ ਤੋ ਕਹਿੰਦੇ ਹੁਣ ਇਹ ਨਹੀਂ ਪਤਾ ਲੰਗਦਾ ਕਿ ਖੁਸ਼ੀ ਦੀ ਖਬਰ ਕੀ ਆਊਗੀ ਅੰਗ ਫਰਕ ਦੇ ਨੇ ਖੰਭੇ ਦੁਨੀਆ ਅਫਸੋਸ ਕਰੀ ਬੈਠੀ ਐ ਲੋਕ ਬਿਲਕੁਲ ਆਏ ਸਭ ਹੀ ਜਲ ਤੋ ਸਾਰੇ ਹੀ ਬਈ ਨਦੀ ਦੇ ਜਲ ਨੂੰ ਵੇਖ ਕਰਕੇ ਲੋਕ ਆਏ ਹਨ ਡੁੱਬ ਗयो ਨਹਿ ਦੇਹ ਨਹਾਰਾ ਤੇ ਸਾਰੇ ਲੋਕ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਡੁੱਬ ਗਏ ਨੇ ਕਹਿੰਦੇ ਅਸੀਂ ਉਹਦਾ ਸਰੂਪ ਨਹੀਂ ਦੇਖਿਆ ਹੈ ਹੋਵਤ ਮੋਨ ਭਲੇ ਸੁਖ ਭੌਣ ਕਰੋ ਤੋ ਕਹਿੰਦੇ ਨੇ ਦੂਸਰੇ ਪਾਸੇ ਹੋ ਰਹੇ ਨੇ ਸੁਭ ਸਗਨ ਇਸ ਪ੍ਰਕਾਰ ਘਰ ਦੇ ਵਿੱਚ ਜਾਂ అనుభవ ਹੋ ਰਹੇ ਨੇ ਸਾਰੇ ਸੁਭ ਸਗਨਾਵਾਲੇ ਕਬ ਕੌਣ ਸੰਦੇਹ ਨਿਵਾਰਾ ਹੁਣ ਕੌਣ ਹੈ ਜਿਹੜਾ ਸਾਡਾ ਸ਼ੰਕਾ ਨਿਵਰਤ ਕਨੇ ਵੀ ਕੀ ਖੇਲ ਗੁਰੂ ਨਾਨਕ ਸਾਹਿਬ ਦਾ ਹੈ ਸ਼ੋਕ ਕੋ শোর ਸੁਨਿਓ ਚਹ ਔਰ ਤੇ ਤੋ ਚਾਰ ਚ ਫੇਰੇ ਇਸ ਪ੍ਰਕਾਰ ਜਦੋਂ ਸੁਣਿਆ ਹੈ ਚਾਰ ਚ ਫੇਰਿਓ ਧੀਰਜ শোর ਦਇਓ ਭਰ ਛਾਤੀ ਤੋ ਭਾਈ ਸਭ ਪਾਸੇ ਵਾਤਾਵਰਣ ਇਹੋ ਜਿਹਾ ਦੇਖ ਕਰਕੇ ਸੋ ਭਾਈ ਹੌਸਲਾ ਵੱਡਿਆ-ਵੱਡਾ ਤੇ ਹਿਲ ਜਾਂਦਾ ਹੈ ਨਾਨਕੀ ਹੀਰ ਦਸਾ ਸਭ ਕੀ ਹੁਤ ਸੋ ਇਸ ਪ੍ਰਕਾਰ ਬੇਬੇ ਨਾਨਕੀ ਜਿਨੇ ਜਦੋਂ ਇਹੋ ਜੀ ਦਸਾ ਤੱਕੀ ਸਭ ਨੇ ਦਾਸੀ ਔਰ ਦਾਸ ਜੇ ਆਨ ਸੰਗਾਤੀ ਹੁ ਜਿੰਨੇ ਵੀ ਸਤਸੰਗੀ ਸਨ ਜਿੰਨੇ ਵੀ ਗੁਰੂ ਘਰ ਦੇ ਸੇਵਕ ਸਨ ਸੇਵਾਦਾਰनियां ਸਨ ਸਭ ਨੂੰ ਦੇਖ ਕੇ ਅਫਸੋਸ ਵਿੱਚ ਕੰਤ ਪਿਤਾ ਪੁਨ ਕੰਤ ਬਿਸੂਗਤ ਇਸ ਪ੍ਰਕਾਰ ਸੋ ਆਪਣਾ ਸੋ ਪਤੀ ਦੇ ਪਈਆ ਜੈ ਰਾਮ ਜੀ ਉਹਨਾਂ ਦੇ ਪਿਤਾ ਜੀ ਸਭ ਨੂੰ ਦੇਖਿਆ ਵੀ ਅਫਸੋਸ ਵਿੱਚ ਹੋ ਗਏ ਹਨ ਡੋਲ ਗਏ ਨੇ ਸਦਰ ਕੀ ਤਰਨੀ ਬਿਲ ਲਾਤੀ ਇਸ ਪ੍ਰਕਾਰ ਸੋਧਰ ਇਸ ਪ੍ਰਕਾਰ ਭਰਾਤਾ ਜੀ ਦੀ ਧਰਮ ਸਪਤਨੀ ਜੀ ਵੀ ਜਾਨੀ ਉਹ ਵੀ ਬਰਾਗ ਵਿੱਚ ਆ ਗਏ ਹਨ ਦੇਖ ਕੇ ਵਾਹਿ ਗਹਿ ਸੋ ਪਰਬੋਧਤ ਭੀਸ ਮਤ ਤਾਂ ਇਸ ਪ੍ਰਕਾਰ ਸਾਡੇ ਜਗਤ ਮਾਤ ਸੁਲਖਣੀ ਜੀ ਦੀ ਬਾਹ ਪਕੜ ਕਰਕੇ ਬੇਬੇ ਜੀ ਸਮਝਾਉਂਦੇ ਹਨ ਤਜ ਸੋਕ ਸੁਨੋ ਮਮ ਬਾਥਾ ਬਾਤੀ ਕਹਿੰਦੇ ਹਨ ਤੁਸੀਂ ਚਿੰਤਾ ਨਾ ਕਰੋ ਮੇਰੀ ਪ੍ਰੇਮਨਾ ਗੱਲ ਸੁਣੋ ਤੁਸੀਂ ਗਰਭਵਤੀ ਤੁਜ ਦੇਹ ਇਹ ਤੁਹਾਡਾ ਸਰੀਰ ਜਿਹੜਾ ਹੈ ਇਸ ਪ੍ਰਕਾਰ ਤੁਸੀਂ ਗਰਭਵਤੀ ਹੋ ਬੱਚੇ ਨੂੰ ਜਨਮ ਦੇਣ ਵਾਲਾ ਸਰੀਰ ਤੁਹਾਡਾ ਹੈ ਇਸ ਵੇਲੇ ਬਹੁਤ ਸੰਕਟ ਦੇਣਾ ਜੋਗ ਲਖੀਜੈ ਇਸ ਵਾਸਤੇ ਤੁਸੀਂ ਜਾਣੋ ਇਸ ਸਰੀਰ ਨੂੰ ਬਹੁਤਾ ਸੰਕਟ ਦੁੱਖ ਦੇਣਾ ਠੀਕ ਨਹੀਂ ਹੁੰਦਾ ਹੈ ਭੇਦ ਕਸ਼ੂ ਨਹ ਜਾਨਤ ਤਾਹੇ ਕੂ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਭੇਦ ਜਾਣਦੇ ਨਹੀਂ ਤਾਂ ਹੀ ਤੁਸੀਂ ਇਸ ਪ੍ਰਕਾਰ ਵਿਰਗ ਕਰਦੇ ਹੋ ਬਾਦ ਹੀ ਸ਼ੋਕ ਔ ਚਿੰਤ ਕਰੀਜੈ ਤੁਸੀਂ ਇਸ ਪ੍ਰਕਾਰ ਬ्यर्थी ਕਹਿੰਦੇ ਨੇ ਸ਼ੋਗ ਕਰੀ ਬੈਠੇ ਚਿੰਤਾ ਕਰੀ ਬੈਠੇ ਹੋ ਕਿਉਂ ਕਿ ਤੁਹਾਨੂੰ ਅਜੇ ਤੱਕ ਪਤਾ ਨਹੀਂ ਸਾਹਿਬ ਗੁਰੂ ਨਾਨਕ ਸਾਹਿਬ ਹਾਜ ਦਾ ਸਰੂਪ ਕੀ ਹੈ ਤੋਂ ਕਿਹਾ ਹੈ ਕਿ ਮੈਂ ਸਮਝਿਆ ਕਿ ਮੇਰਾ ਭਰਾ ਤਾਂ ਨਹੀਂ ਉਹ ਤਾਂ ਪਰਮੇਸ਼ਰ ਹੈ ਉਸ ਨੇ ਰੂਪ ਧਾਰਿਆ ਹੋਇਆ ਹੈ ਤੋ ਪਤ ਆਏ ਮਿਲੇ ਨਿਸ਼ਚੈ ਕਰ ਕਹਿਣ ਲੱਗੇ ਬੇਬੇ ਨਾਨਕ ਜੀ ਤੁਹਾਡੇ ਪਤੀ ਦੇ ਭਤਾਨ ਗੁਰੂ ਨਾਨਕ ਸਾਹਿਬ ਜੀ ਆਉਣਗੇ ਮਿਲਣਗੇ ਸਾਨੂੰ ਸਾਰਿਆਂ ਨੂੰ ਸੇਖ ਜੋ ਮੇਰੀ ਰਿਦੇ ਦ੍ਰਿੜ ਲੀਜੇ ਇਹ ਮੇਰੀ ਸਿੱਖਿਆ ਮਨ ਵਿੱਚ ਪੱਕੀ ਕਰਕੇ ਨਿਸ਼ਚਾ ਕਰ ਵਿਸ਼ਵਾਸ ਕਰ ਮੈਂ ਸੱਚ ਬੋਲਦੀ ਹਾਂ ਤੀਨ ਦਿਨਾਂ ਲੱਗੇ ਸੋ ਕੁਮਾਰ ਦੇਖ ਨੌਜਵਾਨ ਹੈ ਤੂੰ ਤਿੰਨ ਦਿਨਾਂ ਤੱਕ ਮੇਰਾ ਬਚਨ ਸੱਚ ਹੋਏਗਾ ਉਤਾਰ ਨਾ ਹਾਰ ਸ਼ਿੰਗਾਰ ਮਨੀਜੈ ਤੁਸੀਂ ਆਪਣੇ ਸੁਹਾਗ ਭਗ ਦੀਆਂ ਨਿਸ਼ਾਨੀਆਂ ਕਾਇਮ ਰੱਖੋ ਸਹਿਬ ਗੁਰੂ ਨਾਨਕ ਸਾਹਿਬ ਹੰਮਣੀ ਤਕਰੀਬਨ 3 ਦਿਨ ਤੋਂ ਬਾਅਦ ਜ਼ਰੂਰ ਆ ਜਾਣਗੇ ਹੇਤ ਸਮੇਤ ਕੇ ਸੇਖ ਸੋ ਦੇਤ ਹੈ ਬਣਾ ਹਿਤ ਪ੍ਰੇਮ ਕਰਕੇ ਬਣੇ ਪ੍ਰੇਮ ਦੇ ਨਾਲ ਨਰਮ ਸੁਭਾਅ ਦੇਣਾ ਇਹੋ ਜੀ ਸਿੱਖਿਆ ਦੇ ਰਹੇ ਨੇ ਬੀਬੇ ਨਾਨਕੀ ਜੀ ਨਾਨਕ ਹੀਰ ਸਭੈ ਪਰਵਾਰੂ ਸਾਰੇ ਪਰਵਾਰ ਨੂੰ ਦੇਖ ਕੇ ਬੀਬੇ ਨਾਨਕ ਜੀ ਇਕੱਲੇ ਹੀ ਸਾਰਿਆਂ ਨੂੰ ਇਸ ਪ੍ਰਕਾਰ ਧੀਰਜ ਦੇ ਰਹੇ ਨੇ ਕਿਛਤ ਕਾਲ ਸੁਨੇ ਚੁੱਪ ਹੋਵੇ ਕਰ ਜਦੋਂ ਇਸ ਤਰ੍ਹਾਂ ਦੇ ਨਿਸ਼ਚੇ ਦੇ ਬਚਨ ਕਰਦੇ ਨੇ ਸਭ ਨੂੰ ਧੀਰਜ ਆਉਂਦੀ ਹੈ ਸਾਰੇ ਚੁੱਪ ਕਰ ਜਾਂਦੇ ਹਨ ਜੇ ਬਚਨਾ ਹਿੱਤ ਕੇ ਸੁਖ ਕਰੂ ਜੋ ਸੁਖ ਦੇਣ ਵਾਲੇ ਹਿੱਤ ਦੇ ਪ੍ਰੇਮ ਦੇ ਬਚਨ ਸੁਣ ਕੇ ਹੌਸਲਾ ਜੇ ਵੱਜਦਾ ਟਿਕ ਜਾਂਦੇ ਹਨ ਮੂਰਤ ਫੇਰ ਸਲੋਨੀ ਚਿਤਾਰ ਕੇ ਧੰਨ ਸਹਿਬ ਗੁਰੂ ਨਾਨਕ ਪਾਤਸ਼ਾਹੀ ਜੀ ਦੇ ਸੁੰਦਰ ਸਰੂਪ ਨੂੰ ਯਾਦ ਕਰਕੇ ਸੋਰ ਉਠੇ ਇੱਕ ਵਾਰ ਖੁਭਾਰੂ ਫਿਰ ਇੱਕ ਵਾਰ ਹੌਲ ਜੇ ਉੱਠਦਾ ਤੇ ਫਿਰ ਬਿਰਾਗ ਦੀਆਂ ਚੀਕਾਂ ਆਉਂਦੀਆਂ ਹਨ ਜੋ ਪਰਮੈ ਸੁਨੇ ਸ ਨ ਬਖੈ ਸੋ ਜਿਹੜਾ ਮੇ ਕੋਈ ਸੁਲਤਾਨਪੁਰ ਸਾਹਿਬ ਦੇ ਵਿੱਚ ਇਹ ਗੱਲ ਸੁਣਦਾ ਹੈ ਪ੍ਰੇਮੀ ਰੋਏ ਉੱਠੇ ਗੁਣ ਭਾਖ ਉਚਾਰੂ ਗੁਰੂ ਸਾਹਿਬ ਦੇ ਗੁਣਾਂ ਨੂੰ ਕਹਿ ਕਹਿ ਉਚਾਰਨ ਕਰ ਕਰਕੇ ਵਿਰਾਗ ਕਰਨ ਲੱਗ ਜਾਂਦੇ ਹਨ ਔਕ ਮੀਤ ਹੁੱਤੇ ਸੋ ਰੋਤ ਹੈ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਮਿੱਤਰ ਨੇ ਗੁਰੂ ਸਾਹਿਬ ਦੇ ਪਿਆਰ ਵਾਲੇ ਹਨ ਉਹ ਸਾਰੇ ਵਿਰਾਗ ਵਿੱਚ ਹਨ ਆਪਨ ਪੈ ਮਿਲ ਬੈਸਤ ਬ੍ਰਿੰਦਾ ਹੁਣ ਹਟ ਸਭ ਧਿਆਨ ਕਰਕੇ ਇਕੱਠੇ ਹੋ ਕੇ ਕਰਕੇ ਬੈਂਦੇ ਹਨ ਕੋਊਕ ਆਨ ਆਵਾਸ ਬਿਖੇ ਕਹੈ ਕੋਈ ਪ੍ਰੇਮੀ ਘਰ ਵਿੱਚ ਆ ਜਾਂਦੇ ਹਨ ਉਹ ਘਰ ਵਿੱਚ ਆਣ ਕਰਕੇ ਗੱਲਾਂ ਕਰਦੇ ਨੇ ਬੈਨ ਜੈ ਰਾਮ ਸੋ ਭਾਤ ਮੰਦਾ ਤੇ ਭਈਆ ਜੈ ਰਾਮ ਜੀ ਨੂੰ ਕਹਿੰਦੇ ਨੇ ਵੀ ਬਹੁਤ ਮਾੜਾ ਹੋਇਆ ਹੈ ਵੀ ਪਤਾ ਨਹੀਂ ਇਹ ਕੀ ਕਾਰਨ ਵਰਤਿਆ ਹੈ ਜੀ ਕੈਸੇ ਅਚਾਨਕ ਰੀਤ ਬਣੀ ਇਹ ਕਿਸ ਤਰੀਕੇ ਦੇ ਨਾਲ ਅਚਰਚ ਅਚਾਨਕ ਐਸੀ ਹੋਜੀ ਕਿੱਦਾਂ ਇਹ ਗੱਲ ਬਣ ਗਈ ਹੈ ਇਸ ਨਾਨ ਕਰੇ ਨਿਤ ਬੇਦਨ ਇੰਦਾ ਤੋ ਬੇਦੀ ਕੁਲ ਦੇ ਸ਼ਰੋਮਣੀ ਤਨਸੀਰ ਗੁਰੂ ਨਾਨਕ ਮਹਾਰਾਜ ਜੀ ਨਿਤ ਹੀ ਇਸ਼ਨਾਨ ਕਰਿਆ ਕਰਦੇ ਸਨ ਜੇਹ ਬਹੋਰ ਨਹਾਤ ਲੱਗੀ ਬਹੁ ਤੋ ਬਥੇਰੇ ਯਤਨ ਕੀਤੇ ਨੇ ਮਹਰ ਦਾ ਸਰੀਰ ਲੰਬਿਆ ਨਹੀਂ ਪਾਣੀ ਵਿੱਚੋਂ ਕੀਨ ਉਪਾਏ ਹੋਵੇ ਠਾਂਡ ਨਰਿੰਦਾ ਤੋ ਕਹਿੰਦੇ ਦੇਖੋ ਸੋ ਯਤਨ ਕੀਤੇ ਨੇ ਰਾਜੇ ਨੇ ਵੀ ਆਣ ਕੇ ਕੋਲ ਖੜੋ ਕੇ ਪੂਰੇ ਯਤਨ ਕੀਤੇ ਹਨ ਦੋਹਰਾ ਅਸ ਪ੍ਰਕਾਰ ਸਭ ਮਾਨਕੈ ਇਸ ਤਰੀਕੇ ਦੇ ਨਾਲ ਸਾਰਿਆਂ ਨੇ ਮੰਨ ਕੇ ਅਚਰਜ ਉਰ ਨਰਨ ਸਭਨਾ ਨੇ ਬੜਾ ਅਚਰਜ ਮੰਨਿਆ ਇਹ ਗੱਲ ਹਰਾਨੀ ਦੀ ਐ ਵੀ ਗੁਰੂ ਸਾਹਿਬ ਦੀ ਅੱਖਾਂ ਦੇ ਸਾਹਮਣੇ ਜਲ ਵਿੱਚ ਚੁੰਮਾ ਮਾਰਿਆ ਹੁਣ ਲੱਭਦਿਆਂ ਤੇ ਲੱਭਦਾ ਨਹੀਂ ਇਹ ਗੁਰੂ ਨਾਨਕ ਸਾਹਿਬ ਦਾ ਕੌਤਕ ਇੱਕ ਵਾਰ ਹੀ ਨਹੀਂ ਹੈ ਜਿਸ ਤਰ੍ਹਾਂ ਹਜੂਰ ਜੀ ਨੇ ਵਈ ਨਦੀ ਵਿੱਚ ਕੌਤਕ ਵਰਤਾਇਆ ਹਜੂਰ ਪਾਚੇ ਨੇ ਅਚਲ ਬਟਾਲੇ ਸਿੱਧਾ ਨਾਲ ਵੀ ਐਸਾ ਕੌਤਕ ਕੀਤਾ ਸੀ ਸਿੱਧ ਕਹਿਣ ਲੱਗੇ ਜਿਸ ਵੇਲੇ ਗੁਰੂ ਸਾਹਿਬ ਨਾਲ ਮੁਕਾਬਲੇ ਕੀਤੇ ਸੋ ਆਪਣੇ ਗਿਆਨ ਦੇ ਬਚਨ ਕਰਕੇ ਵੀ ਦੇਖ ਲਿਆ ਫਿਰ ਗੁਰੂ ਸਾਹਿਬ ਨੇ ਆਪਣੀਆਂ ਕਰਾਮਾਤਾਂ ਵਰਤਾ ਕੇ ਦੇਖਦੇ ਹਨ ਤੋਂ ਕਹਿੰਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਵੀ ਤੁਸੀਂ ਇੰਜ ਕਰੋ ਅਸੀਂ ਹੁਣ ਲੁਕਦੇ ਆਂ ਤੇ ਤੁਸੀਂ ਸਾਨੂੰ ਲਭਿਓ ਸ਼ਰਤ ਇਹ ਹੈ ਕਿ ਜਿਸ ਰੂਪ ਵਿੱਚ ਹੋਵੇ ਜਦੋਂ ਉਹਨੂੰ ਕੋਈ ਹੱਥ ਲਾ ਦੇਵੇ ਨਾ ਤੇ ਆਪਣਾ ਰੂਪ ਧਾਰ ਲੈਣਾ ਫਿਰ ਮਹਾਰਾਜ ਤੁਸੀਂ ਇਸ ਪ੍ਰਕਾਰ ਲੁਕਿਓ ਅਸੀਂ ਲਭਾਂਗੇ ਮਹਾਰਾਜ ਕਹਿੰਦੇ ਤੁਸੀਂ ਪਹਿਲਾਂ ਲੁਕ ਜਾਓ ਹੁਣ ਉੱਥੇ ਸਰੋਵਰ ਅਸੀਂ ਸਾਰੇ ਹੀ ਆਪਣੇ ਰੂਪ ਬਟਾ ਕਰਕੇ ਨਾ ਕੋਈ ਮੱਛੀਆਂ ਕੋਈ ਡੰਡੂ ਕੋ ਕੀੜੇ ਨਿਕਨੇ ਕੇ ਬਣ ਕਰਕੇ ਤੇ ਉਥੇ ਜਿਉਂ ਸੀ ਸਰੋਵਰ ਦੇ ਵਿੱਚ ਇਉਂ ਆਪਣਾ ਰੂਪ ਬਟਾ ਲਿਆ ਜਿਵੇਂ ਅੰਤਜਾਮੀ ਗੁਰੂ ਨਾਨਕ ਸਾਹਿਬ ਤੋਂ ਕੋਣ ਲੁਕ ਸਕਦਾ ਮਹਾਰਾਜ ਕਹਿੰਦੇ ਨੇ ਸੋ ਮਰਦਾਨਾ ਜੀ ਆ ਪੱਲਾ ਫੜੋ ਇੱਕ ਪਾਸਿਓ ਆਪਣੇ ਹਜ਼ੂਰੀ ਜਾਂਦਾ ਤੇ ਮਹਾਰਾਜ ਜਾਲ ਵਾਂਗੂ ਪੁਣ ਕਰਕੇ ਨਾ ਤੇ ਮਹਾਰਾਜ ਬਾਹਰ ਕੱਢ ਲੈ ਕਹਿੰਦੇ ਆਜੋ ਭਾਈ ਆਪਣੇ ਰੂਪ ਵਿੱਚ ਸਾਰੇ ਪ੍ਰਗਟ ਹੋ ਗਏ ਮਹਾਰਾਜ ਨੇ ਲੱਭ ਕੇ ਕਹਿੰਦੇ ਅੱਛਾ ਜੀ ਹੁਣ ਤੁਸੀਂ ਨੁਕੋ ਮਹਾਰਾਜ ਕਹਿੰਦੇ ਸਾਡੀ ਸੁਣ ਲੋ ਗੱਲ ਦਾਤਾਰ ਕਹਿੰਦੇ ਵੀ ਦੇਖੋ ਅਸੀਂ ਅਸੀਂ ਹੁਣ ਲੁਕਣਾ ਹੈ ਤੁਸੀਂ ਲੱਭਣਾ ਹੈ ਅਸੀਂ ਤੁਹਾਨੂੰ ਲੱਭ ਲਿਆ ਨਾ ਹੁਣ ਅਸੀਂ ਨੁਕਾਂਗੇ ਤੁਸੀਂ ਲੱਭਣਾ ਹੈ ਤੇ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਤੁਹਾਨੂੰ ਨਾ ਨਾ ਲੱਭੇ ਫਿਰ ਇੱਕ ਗੱਲ ਕਰਿਓ ਵੀ ਟਕਾ ਰੱਖ ਕਰਕੇ ਤੇ ਅਰਦਾਸ ਕਰਿਓ ਤੇ ਫਿਰ ਅਸੀਂ ਆ ਜਾਗੇ ਕਹਿੰਦੇ ਲਓ ਮਹਾਰਾਜ ਅਸੀਂ ਲੱਭ ਲੈਣਾ ਮਹਾਰਾਜ ਕਹਿੰਦੇ ਕੋਈ ਗੱਲ ਸਾਹਿਬ ਗੁਰੂ ਨਾਨਕ ਸਾਹਿਬ ਜੀ ਅਲੋਪ ਹੋ ਗਏ ਹੁਣ ਸਿੱਧ ਲੱਭਦੇ ਨੇ ਮਥੇਰੀਆਂ ਆਕਾਸ਼ੋਂ ਡਾਰੀਆਂ ਮਾਰਦੇ ਕਹਿੰਦੇ ਪਾਣੀ ਵਿੱਚ ਕਹਿੰਦੇ ਕਿੰਦਰੇ ਹੁਣ ਜੇ ਗੁਰੂ ਸਾਹਿਬ ਦਾ ਸਰੀਰ ਪੰਜ ਸਰੀਰ ਪੰਜਾਂ ਤਤਾਂ ਵਿੱਚ ਹੋਵੇ ਦੱਬੇ ਮਹਾਰਾਜ ਸਰਬ ਕਲਾ ਸਮਰੱਥ ਨੇ ਪੰਜੇ ਤਤ ਸਰੀਰ ਦੇ ਪੰਜੇ ਤਤਾਂ ਚ ਮਿਲਾ ਦਿੱਤੇ ਧਰਤੀ ਚ ਧਰਤੀ ਪਾਣੀ ਚ ਪਾਣੀ ਹਵਾ ਚ ਹਵਾ ਇਓ ਗੁਰੂ ਸਾਹਿਬ ਜੀ ਨੇ ਅਗ ਵਿੱਚ ਅੱਗ ਸੋ ਸਾਰੇ ਜਿਹੜੇ ਸੀ ਵੱਖਰੇ ਵੱਖਰੇ ਜਿਹਨਾਂ ਤਤ ਕਰ ਦਿੱਤੇ ਹੁਣ ਲੰਬੇ ਕਿਸ ਤਰ੍ਹਾਂ ਅਖੀਰ ਜਦੋਂ ਹਾਰ ਹੰਮ ਗਏ ਨੇ ਆਪਣੀਆਂ ਕਰਾਮਾਤਾਂ ਲਾ ਕੇ ਫੇ ਕਹਿੰਦੇ ਫਿਰ ਇਦਾਂ ਕਰੀਏ ਮਹਾਰਾਜ ਕਹਿੰਦੇ ਅਰਦਾਸ ਕਰੀਏ ਫਿਰ ਅਰਦਾਸ ਕਰੀਏ ਮਹਾਰਾਜ ਤੇ ਕਹਿੰਦੇ ਅਸੀਂ ਆ ਜਾਾਂਗੇ ਥਾ ਸਿੱਧ ਫਿਰ ਹੱਥ ਜੋੜ ਕੇ ਜਦੋਂ ਅਰਦਾਸ ਕਰਦੇ ਨੇ ਕਿ ਮਹਾਰਾਜ ਹੈ ਤਪਾ ਨਾਨਕ ਜੀ ਜਾਂ ਜੋ ਵੀ ਉਹਨਾਂ ਦੇ ਸ਼ਬਦ ਸਨ ਮਾਨੂੰ ਤਾਂ ਬਾਲਾ ਹੀ ਕਹਿੰਦੇ ਸਨ ਵੀ ਮਹਾਰਾਜ ਤੁਸੀਂ ਪ੍ਰਗਟ ਹੋ ਜਾਓ ਅਸੀਂ ਨਹੀਂ ਲੱਭ ਸਕਿਆ ਤੇ ਗੁਰੂ ਸਾਹਿਬ ਵਿੱਚੋਂ ਖੜੇ ਕਹਿੰਦੇ ਵੀ ਆ ਗਏ ਆ ਕਹਿੰਦੇ ਮਹਾਰਾਜ ਤੁਸੀਂ ਕਦੇ ਤੁਹਾਡੇ ਕੋਲ ਸੀ ਅਸੀਂ ਕਿੱਥੇ ਜਾਣਾ ਕਿਉਂਕਿ ਗੁਰੂ ਪਰਮੇਸ਼ਰ ਦਾ ਰੂਪ ਤਾਂ ਸਰਬ ਵਿਆਪੀ ਆ ਹਾਜ਼ਰ ਨਾਜ਼ਰ ਹਨ ਇਸ ਵਾਸਤੇ ਸੋ ਸਿਦ ਹੈਰਾਨ ਹੋ ਗਏ ਸਨ ਤੋਂ ਹੁਣ ਵੀ ਗੁਰੂ ਸਾਹਿਬ ਨੇ ਇੱਕ ਕੌਤਕ ਵਰਤਾਇਆ ਮਹਾਰ ਨੇ ਆਪਣੇ ਜਿਹੜੇ ਤੱਤ ਹੀ ਨਾ ਇਹ ਵੱਖਰੇ ਵੱਖਰੇ ਕਰ ਦਿੱਤੇ ਨੇ ਇਹੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਵਿਆਪਕ ਰੂਪ ਵਿੱਚ ਹੋ ਗਏ ਨੇ ਸਮਝੋ ਕਿ ਰੂਪ ਸਰਗੁਣ ਸਾਡੇ ਵਾਸਤੇ ਧਾਰਿਆ ਸੀ ਨਿਰਗੁਣ ਰੂਪ ਹੋ ਕਰਕੇ ਮਹਾਰਾਜ ਜੀ ਅਲੋਪ ਹੋਏ ਹਨ ਕੋ ਇੱਕ ਸੋ ਜਸ ਉਚਾਰਹੀ ਕੋਈ ਤਾਂ ਭਾਈ ਗੁਰੂ ਨਾਨਕ ਸਾਹਿਬ ਦਾ ਜਸ ਕਰਦੇ ਨੇ ਪ੍ਰੇਮੀ ਕੋ ਇੱਕ ਨਿੰਦ ਹੈ ਗਵਾਰ ਕਈ ਬੇਸਮਝ ਲੋਕ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਦੇ ਹਨ ਸਵਈਆ ਪਰ ਰੋਰ ਪਰਾ ਬਿਸਮਾਦ ਹਿਰਦੈ ਬੜੇ ਹੈਰਾਨ ਹੋ ਗਏ ਲੋਕ ਰੌਲਾ ਪੈ ਗਿਆ ਨਗਰ ਦੇ ਵਿੱਚ ਤਨ ਖੋਜ ਰਹੇ ਕਿਤ ਹਾਥ ਨਾ ਆਇਓ ਕਹਿੰਦੇ ਲਓ ਜੀ ਇੰਨੀ ਖੋਜ ਕੀਤੀ ਹੈ ਵੇਈ ਨਦੀ ਦੇ ਪਾਣੀ ਵਿੱਚੋਂ ਗੁਰੂ ਸਾਧ ਦਾ ਸਰੀਰ ਨਹੀਂ ਲੱਭਿਆ ਹੈ ਨਰਨਿੰਦਕ ਜੇ ਨਹ ਬਿੰਦਕ ਭੇਦ ਕੋ ਤੋ ਕਹਿੰਦੇ ਜਿਹੜੇ ਨਿੰਦਕ ਲੋਕ ਗੁਰੂ ਨਾਨਕ ਸਾਹਿਬ ਦੇ ਭੇਦ ਨੂੰ ਨਹੀਂ ਜਾਣਦੇ ਹਨ ਜੋ ਤਿੰਦਕ ਮੋਹ ਜਿਨੈ ਗਰਸਾਇਓ ਜਿਨ੍ਹਾਂ ਨੂੰ ਮੋਹ ਰੂਪ ਤੰਦੂਏ ਨੇ ਗਰਸਿਆ ਹੋਇਆ ਹੈ ਮੁਖ ਬੈਨ ਅਲਾਏ ਸੁਨਾਏ ਕਹੈ ਉਹ ਮੂੰਹ ਤੋਂ ਗੱਲਾਂ ਕਰ ਕਰਕੇ ਸੁਣਾਉਂਦੇ ਹਨ ਈਰਖਾ ਨੂੰ ਲੋਕ ਸੁਗਵਾਏ ਬਿਤੰ ਬਹੋਰ ਪਛਤਾਇਓ ਕਹਿੰਦੇ ਦੀ ਗੱਲ ਕੀ ਐ ਬਹੁਤਾ ਧਨ ਰਾਜੇ ਦਾ ਮਹਾਰਾਜ ਨੇ দান ਕਰ ਦਿੱਤਾ ਤੇ ਇਸ ਵਾਸਤੇ ਹੁਣ ਕਹਿੰਦੇ ਨੇ ਮਹਾਰਾਜੀ ਆਪ ਇਹ ਕੌਤਕ ਵਰਤਾਤਾ ਹੈ ਜਲ ਡੂਬ ਗयो ਨਿਜ ਪ੍ਰਾਨ ਹੋयो ਤੂੰ ਇਸ ਪ੍ਰਕਾਰ ਸੋ ਕਹਿੰਦੇ ਨੇ ਇਸ ਤਰ੍ਹਾਂ ਮਹਾਰਾਜ ਨੇ ਸੋ ਪਾਣੀ ਦੇ ਵਿੱਚ ਚੁੱਭਾ ਮਾਰ ਕੇ ਜਿਵੇਂ ਸੰਸਾਰਿਕ ਮਿਰਤੀ ਕਹਿ ਸਕਦੀਆਂ ਵੀ ਪਾਣੀ ਵਿੱਚ ਡੁੱਬ ਗਏ ਹਨ ਨਾ ਕਲੇਸ਼ ਪयो ਮਨ ਸੋ ਸਮਝਾਇਓ ਤੋ ਮਨ ਨੂੰ ਸਮਝਾ ਲਿਆ ਵੀ ਕੋ ਕਲੇਸ਼ ਨਾ ਪਾਉ ਗਾ ਇਉਂ ਨਿੰਦਕ ਲੋਕ ਗੱਲਾਂ ਕਰਦੇ ਹਨ ਟੋਟਾ ਵੱਡੋ ਪਿਖ ਰੱਟ ਹੈ ਕੇ ਡਰ ਤੋ ਰਾਜੇ ਤੋਂ ਡਰਦੀ ਮਾਰਿਆਂ ਵੱਡਾਂ ਘਾਟਾਂ ਜਾਣ ਕੇ ਮਹਾਰਾਜ ਨੇ ਇਉਂ ਕਰ ਲਿਆ ਹੈ ਨਾਹੀਂ ਟਿਕਿਓ ਟੱਕ ਟੱਕ ਕਰੀ ਰਤ ਤਾਂ ਕਹਿੰਦੇ ਨੇ ਇਸ ਪ੍ਰਕਾਰ ਪਰਿਵਾਰ ਦੀ ਪ੍ਰੀਤ ਨੂੰ ਟੁਕੜੇ ਟੁਕੜੇ ਕਰ ਦਿੱਤਾ ਤੇ ਇਉਂ ਮਹਰ ਨੇ ਭਾਣਾ ਬਰਤਾ ਦਿੱਤਾ ਹੈ ਰੋਰ ਫਿਰੇ ਟੱਟ ਔ ਘਟ ਘਾਟ ਸਾਰੇ ਘਾਟ ਸੀ ਬਈ ਨਦੀ ਦੇ ਸਾਰੇ ਕਿਨਾਰੇ ਤੇ ਤੇ ਸਾਰੀ ਬਈ ਨਦੀ ਦੇ ਵਿੱਚ ਕਹਿੰਦੇ ਨੇ ਬਥੇਰਾ ਟੋਲਿਆਂ ਭੰ ਲਿਆ ਹੈ ਗयो ਕਿਤ ਬਾਟ ਨਾ ਜਾਣਤ ਕੋ ਗਤ ਤੇ ਕਿਹੜੇ ਰਸਤੇ ਚੱਲेंगे ਕਹਿੰਦੇ ਕਿਸੇ ਨੂੰ ਕੋਈ ਪਤਾ ਨਹੀਂ ਇਸ ਗਤੀ ਦਾ ਕੋਟ ਗੱਟੀ ਚੜ੍ਹ ਹੈ ਹਟ ਹੈ ਕਰੋਨਾ ਹੀ ਇਉ ਗਿਣਤੀਆਂ ਮਿਲਤੀਆਂ ਕਹਿੰਦੇ ਚੜ੍ਹਦੀਆਂ ਨੇ ਕਹਿੰਦੇ ਉਤਰਦੀਆਂ ਨੇ ਸਭ ਲੋਕਾਂ ਦੇ ਮਨਾਂ ਵਿੱਚ ਘਟ ਕਾਨ ਜੈ ਰਾਮ ਸੁਨੇ ਬਿੱਤਿਆ ਇਤ ਇਸ ਪ੍ਰਕਾਰ ਸੋ ਤੋ ਜੈ ਰਾਮ ਜੀ ਵੀ ਇਹੋ ਜਿਹੀਆਂ ਗੱਲਾਂ ਸਾਰਿਆਂ ਦੇ ਜਦੋਂ ਸੁਣਦੇ ਹਨ ਮਨ ਹੁ ਕਾਬ ਮੈ ਲੋਨ ਲਗਾਵਤ ਮਨੋ ਕੇ ਅੱਲੇ जख्म ਦੇ ਜਿਵੇਂ ਕੋਈ ਲੂਣ ਪਾਉਂਦਾ ਤੇ ਲੱਟਦਾ ਇਉਂ ਉਹਨਾਂ ਦੇ ਮਨ ਨੂੰ ਦੁਖੀ ਕਰਦੇ ਨੇ ਗੱਲਾਂ ਕਰਕੇ ਇਹੋ ਜਿਹੀਆਂ ਸੀਸ ਤਨ ਚਿਤ ਖੇਦ ਭਇਓ ਅਤ ਬੜਾ ਮਨ ਵਿੱਚ ਦੁੱਖ ਹੈ ਆਪਣਾ ਸਿਰ ਹਿਲਾ ਕੇ ਪਛਤਾਉਂਦੇ ਨੇ ਭਈਆ ਜੈ ਰਾਮ ਜੀ ਰੋਜ ਫਕੀਰਨ ਕੋ ਜੋ ਖਵਾਵਤ ਜੋ ਰੋਜ਼ਾਨਾ ਹੀ ਰੱਬ ਦੇ ਫਕੀਰਾਂ ਨੂੰ ਸੋ ਭੋਜਨ ਸ਼ਿਕਾਇਆ ਕਰਦੇ ਸਨ ਆਵਤ ਨਾਹੇ ਰਸਾਇਣ ਕਾਈ ਤੇ ਇਹ ਨਿੰਦਕ ਲੋਕ ਕਹਿੰਦੇ ਨੇ ਕਹਿੰਦੇ ਰਸਾਇਣ ਤੇ ਨਹੀਂ ਆਉਂਦੀ ਸੀ ਕੋਈ ਜਿਹੜੇ ਗੁਰੂ ਸਾਹਿਬ ਜੀ ਸੋ ਇੰਨਾ ਧਨ ਪ੍ਰਾਪਤ ਕਰ ਲੈਂਦੇ ਸਨ ਭੈ ਨਾ ਕਰਿਓ ਭਵਦਾਨੀ ਭਇਓ ਕਹਿੰਦੇ ਦੁਨੀਆ ਵਿੱਚ ਦਾਨੀ ਬਣ ਗਏ ਨੇ ਰਾਜੇ ਦਾ ਡਰ ਨਹੀਂ ਰੱਖਿਆ ਇਹ ਲੋਕ ਜਿਹੜੇ ਈਰਖਾ ਨੂੰ ਕਹਿੰਦੇ ਹਨ ਧਨ ਭੂਪਤ ਭਾਰੀ ਜਿਉਂ ਭੂਰ ਲਟਾਈ ਤੇ ਜ ਇੰਨਾ ਮਹਾਰਾਜ ਨੇ ਕਹਿੰਦੇ ਦਾਨ ਕੀਤਾ ਜਿਵੇਂ ਬਹੁਤ ਵੱਡੇ ਰਾਜੇ ਹੁੰਦੇ ਹਨ ਗ੍ਰਾਮ ਕੋ ਰਾਜ ਨਾ ਕਾਜ ਬਿਆਜ ਕੋ ਨਾ ਕਹਿੰਦੇ ਕਿਸੇ ਨਗਰ ਦਾ ਰਾਜ ਮਹਾਰਾਜ ਦੇ ਕੋਲ ਤੇ ਨਾ ਕਿਸੇ ਇਸ ਪ੍ਰਕਾਰ ਮਹਾਰਾਜ ਦੇ ਕੋਲ ਕੋਈ ਖਜ਼ਾਨਾ ਹੈ ਨਾ ਕੋਈ ਰਾਜ ਹੈ ਤੇ ਨਾ ਹੀ ਗੁਰੂ ਪਾਤਸ਼ਾਹ ਦੇ ਕੋਲ ਕੋਈ ਇਸ ਤਰ੍ਹਾਂ ਨਾਲ ਆਮਦਨ ਦਾ ਸਾਧਨ ਹੈ ਕੋਈ ਆਜ ਪਖੀ ਇਸ ਕੀ ਪ੍ਰਭਤਾਈ ਜਿਨ ਇਸ ਤਰ੍ਹਾਂ ਵਡਿਆਈ ਗੁਰੂ ਨਾਨਕ ਦੀ ਸੀ ਨਾ ਕਹਿੰਦੇ ਅੱਜ ਅਸੀਂ ਵੇਖ ਲਈ ਹੈ ਭਾਈ ਵੇਖੀ ਨਹੀਂ ਅਜੇ ਤੁਸੀਂ ਵੇਖੋਗੇ ਆਨਨ ਨਿੰਦ ਬਕੈ ਬਿਨ ਬਿੰਦ ਬਿਨਾ ਗੁਰੂ ਨਾਨਕ ਸਾਹਿਬ ਨੂੰ ਜਾਣਨ ਤੋਂ ਇਹ ਲੋਕ ਆਪਣੇ ਮੁਖ ਤੋਂ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਹਨ ਮੁਕੰਦ ਕੋ ਭੇਦ ਲਖਿਓ ਨਹ ਜਾਈ ਭਾਈ ਇਹ ਮੁਕਤੀ ਦਾਤਾ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਸੋ ਇਹਨਾਂ ਦਾ ਭੇਦ ਨਹੀਂ ਜਾਣਿਆ ਜਾ ਸਕਦਾ ਕਿਸੇ ਕੋਲੋਂ ਦੋਹਰਾ ਨਗਰ ਨਰਨ ਪਰਵਾਰ ਪੁਨ ਸਾਰੇ ਨਗਰ ਦੇ ਲੋਕ ਤੇ ਗੁਰੂ ਸਾਹਿਬ ਦਾ ਪਰਿਵਾਰ ਜੋ ਹੈ ਸਭ ਕੀ ਦ사 ਵਿਚਾਰ ਸਾਰਿਆਂ ਦੀ ਜਦੋਂ ਐਹੋ ਜੀ ਡਾਮਾ ਡੋਲ ਹਾਲਤ ਨੂੰ ਤੱਕਿਆ ਹੈ ਤਾਂ ਦਤ ਰੈਨ ਮਹ ਨਾਨਕੀ ਦੂਜੀ ਰਾਤ ਜਦੋਂ ਪਈ ਦੂਤਿਆ ਰੈਨ ਦੂਜੀ ਰਾਤ ਜਦੋਂ ਪਈ ਆ ਨਾ ਤੇ ਬੇਬੇ ਨਾਨਕੀ ਜੀ ਨੇ ਫਿਰ ਯਤਨ ਕੀਤਾ ਧਰਿਓ ਧਿਆਨ ਸੁਖ ਸਾਰ ਬੜਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧਿਆਨ ਕਰਕੇ ਫਿਰ ਬੇਬੇ ਜੀ ਬੈਠ ਗਏ ਹਨ ਸਬਈਆ ਏ ਜਗ ਬੰਦ ਪ੍ਰਭ ਸੁਖ ਕੰਦ ਹੇ ਪ੍ਰਮੋ ਜੀ ਸੁਖਾਂ ਦੇ ਦਾਤੇ ਜਗਤ ਦੇ ਸਵਾਮੀ ਜੀ ਮੁਕੰਦ ਆਨੰਦ ਕੋ ਦਾਸਨ ਦਾਨੀ ਸੇਵਕਾਂ ਨੂੰ ਮਹਾਰਾਜ ਮੁਕਤੀ ਤੇ ਆਨੰਦ ਦੇ ਦਾਤੇ ਸਤਗੁਰੂ ਪਰਮੇਸ਼ਰ ਜੀ ਸ੍ਰੀ ਕਰਤਾਰ ਮੁਰਾਰ ਅਗਾਰ ਲਇਓ ਅਵਤਾਰ ਸੋ ਮੈਂ ਮਨਮਾਨੀ ਮੈਂ ਮਨ ਵਿੱਚ ਮੰਨਿਆ ਕਿ ਹੇ ਵਾਹਿਗੁਰੂ ਜੀ ਤੁਸਾਂ ਨੇ ਸਭ ਆਪਾਂ ਦੀ ਨਿਮਰਤੀ ਲਈ ਜੀਵਾਂ ਨੂੰ ਮੁਕਤ ਕਰਨ ਵਾਸਤੇ ਕਰਤਾਰ ਰੂਪ ਨੇ ਅਵਤਾਰ ਧਾਰਨ ਕੀਤਾ ਹੈ ਗੁਰੂ ਨਾਨਕ ਸਾਹਿਬ ਦਾ ਰੂਪ ਜੋ ਹੈ ਜੇ ਸ਼ਰਧਾ ਮਮ ਸਾਚ ਰਿਦੇ ਏ ਮਹਾਰਾਜ ਰੱਬ ਦੇ ਚਰਨਾਂ 'ਚ ਬੇਨਤੀ ਕਰਦੇ ਜੇ ਮੇਰੇ ਹਿਰਦੇ ਦੇ ਵਿੱਚ ਸੱਚੀ ਸ਼ਰਧਾ ਹੈ ਨਾ ਮਹਾਰਾਜ ਤਾਂ ਤੋ ਪ੍ਰਗਟੋ ਪ੍ਰਭਾਤ ਮਹਾਨੀ ਤੇ ਸਵੇਰ ਨੂੰ ਕੱਲ ਨੂੰ ਨਾ ਪ੍ਰਭਾਤ ਮਹਾਨ ਸਵੇਰੇ ਅੰਮ੍ਰਿਤ ਵੇਲੇ ਦੇ ਸਮੇਂ ਮਹਾਰਾਜ ਪ੍ਰਗਟ ਹੋ ਤੁਸੀਂ ਸੋਕ ਹਰੋ ਨਿਜ ਲੋਕਨ ਕੁ ਜਿਹੜੇ ਤੁਹਾਡੇ ਆਪਣੇ ਪਿਆਰ ਵਾਲੇ ਲੋਕ ਸੰਤ ਭਗਤ ਗੁਰਸਿੱਖ ਹਨ ਸਮਨਾਂ ਦੇ ਸੋਗ ਚਿੰਤਾ ਨੂੰ ਦੂਰ ਕਰੋ ਜੀ ਪ੍ਰਗਟ ਹੋ ਕੇ ਸਹਿ ਸੋਕ ਕਰੋ ਜਿਉ ਮੱਡ ਗਮਾਨੀ ਜਿਹੜੇ ਮੂਰਖ ਲੋਕ ਹੰਕਾਰੀ ਨੇ ਉਹਨਾਂ ਸਾਰਿਆਂ ਨੂੰ ਸੋਗ ਚਿੰਤਾ ਵਿੱਚ ਪਾਓ ਤੇ ਪ੍ਰਗਟ ਹੋ ਕੇ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ ਜੀ ਦੀਨ ਦਇਆਲ ਸਦਾ ਅਰਖਾਲ ਸਭੈ ਤੇ ਵਿਸਾਲ ਬਹੀਨ ਕਲੰਕਾ ਕਲੰਕਾਂ ਤੋਂ ਰਹਿਤ ਸਭ ਤੋਂ ਵੱਡੇ ਗਰੀਬਾਂ ਤੇ ਦਇਆ ਕਰਨ ਵਾਲੇ ਹੈ ਵਾਹਿਗੁਰੂ ਜੀ ਜੇ ਮੇਰਾ ਇਰਾਦਾ ਸੱਚਾ ਹੈ ਤੇ ਤੁਸੀਂ ਇਹ ਮੇਰਾ ਪਰਨ ਪੂਰਨ ਨਾ ਕਰੋ हे ਜਨ ਲਾਲ ਪਖੰਡਨ ਸਾਲ हे ਪਖੰਡਾ ਨੂੰ ਸਲ ਪਾਉਣ ਵਾਲੇ ਦੂਰ ਕਰਨ ਵਾਲੇ हे ਪਿਆਰਿਆਂ ਦੇ ਪਿਆਰੇ ਜੀ ਹਰੇ ਜਮ ਜਾਲ ਕਰਾਲ ਅਤੰਕ ਅਤੰਕ ਜਿਹੜੇ ਜਮ ਦੂਤਾਂ ਦੇ ਭਿਆਨਕ ਮੌਤ ਦਾ ਜਾਲ ਡਰ ਹੈ ਉਸ ਨੂੰ ਦੂਰ ਕਰਨ ਵਾਲੇ ਹੋ ਆਪ ਜੀ ਇਹ ਕਲ ਕਾਰ ਕੁਚਾਲ ਮਹਾ ਇਹ ਜੋ ਕਲ ਯੁਗ ਦੇ ਸਮੇਂ ਦੀ ਖੋਟੀ ਚਾਲ ਬਹੁਤ ਵਾਰ ਭਾਰੀ ਹੈ ਜੋ ਅਗ ਜਾਲ ਭਏ ਨਰ ਹੋਵੇ ਮਤ ਰੰਕਾ ਇਹ ਲੋਕ ਅਕਲ ਤੋਂ ਕੰਗਾਲ ਹੋ ਗਏ ਨੇ ਸੋ ਬਹੁਤ ਭਾਰੀ ਅਗ ਪਾਪ ਕਰਨ ਵਾਲੇ ਲੋਕ ਹੋ ਚੁੱਕੇ ਹਨ ਸੋ ਉਬਾਰਨ ਕਾਰਨ ਰਾਵਰ ਇਹ ਮਹਾਰਾਜ ਇਹਨਾਂ ਨੂੰ ਬਚਾਉਣ ਵਾਸਤੇ ਸੋ ਆਪ ਜੀ ਨੇ ਕਾਇਆ ਧਰੀ ਮਖਚਾਰ ਮਯੰਕਾ ਇਹ ਮਹਾਰਾਜ ਸੋਹਣੇ ਮੁਖ ਵਾਲੇ ਜੀ ਤੁਸਾਂ ਨੇ ਇਹ ਸਰੀਰ ਧਾਰਨ ਕੀਤਾ ਹੈ ਜੀ ਦੋਹਰਾ ਅਸ ਪ੍ਰਕਾਰ ਤਨ ਤਨ ਨਨ ਕੋ ਇਸ ਤਰੀਕੇ ਦੇ ਨਾਲ ਸਰੀਰ ਨੂੰ ਜੋ ਤਿਆਗਣਾ ਹੈ ਕਿਉਂ ਤੁਮਰ ਬਨ ਆਏ ਇਹ ਤੁਹਾਡਾ ਬਣ ਨਹੀਂ ਆਉਂਦਾ ਮਹਾਰਾ ਅਚਨ ਚਿਤ ਐਸਾ ਕੌਤਕ ਜੋ ਕੀਤਾ ਹੈ ਕੈਸੇ ਅੰਤਰ ਧਿਆਨ ਪੇ ਇਸ ਤਰ੍ਹਾਂ ਤੁਸੀਂ ਮਹਾਰਾਜ ਸਾਡੀਆਂ ਅੱਖਾਂ ਤੋਂ ਉਹਲੇ ਹੋ ਗਏ ਹੋ ਆਵਹ ਦਰਸ ਦਿਖਾਈ ਆਓ ਕਿਰਪਾ ਕਰਕੇ ਸਾਨੂੰ ਦਰਸ਼ਨ ਬਖਸ਼ੋ ਬੇਬੇ ਨਾਨਕੀ ਜੀ ਇਕਾਗਰ ਚਿਤ ਹੋ ਕਰਕੇ ਦੂਜੀ ਰਾਤ ਨੂੰ ਇਹ ਅਰਦਾਸ ਕੀਤੀ ਵਾਹਿਗੁਰੂ ਦੇ ਚਰਨਾਂ 'ਚ ਦੋਹਰਾ ਬਾਰ ਜਬਾਨ ਪਰਵਾਰ ਨਿਜ ਇਹ ਮਹਾਰਾਜ ਇਹ ਇਸ ਭ੍ਰਕਾਰ ਸੋ ਕਮਲਾਂ ਦੀ ਬਗੀਚੀ ਵਰਗਾ ਤੁਹਾਡਾ ਪਰਿਵਾਰ ਹੈ ਜੋ ਸਰਬ ਗयो ਕੁਮਲਾਏ ਇਹ ਤੁਹਾਨੂੰ ਤੋਂ ਬਿਨਾ ਸਾਰਾ ਕੁਮਲਾ ਗਿਆ ਹੈ ਹੋਰ ਪ੍ਰਭਾ ਕਰ ਸੇ ਮਿਲੋ ਸਵੇਰੇ ਮਹਾਰਾਜ ਪ੍ਰਭাকর ਸੂਰਜ ਦੀ ਨਿਆਈ ਆ ਕਰਕੇ ਤੁਸੀਂ ਦਰਸ਼ਨ ਦਿਓ ਸਭ ਨੂੰ ਬਦਨ ਸੋ ਸ਼ਬ ਬਿਖਸਾਈ ਸਾਰਿਆਂ ਦੇ ਚਿਹਰੇ ਮੁਖ ਰੂਪ ਜਿਹੜੇ ਕਮਲ ਨੇ ਸਾਰੇ ਖੜਾ ਦਿਓ ਦਰਸ਼ਨ ਬਖਸ਼ ਕੇ ਜੀ ਬੰਦ ਹੱਥ ਦਵੇ ਬਿੰਦ ਹੀ ਤੋਂ ਦੋਵੇਂ ਹੱਥ ਜੋ ਕੋੜ ਕਰਕੇ ਇਸ ਦੀ ਕੰਦੇ ਨਾਲ ਨਮਸਕਾਰਾਂ ਕਰਦੇ ਹਨ ਬੇਬੇ ਜੀ ਧਰ ਪਰ ਧਰ ਕਰ ਸੀਸ ਧਰਤੀ ਤੇ ਸਿਰ ਰੱਖ ਕੇ ਅਕਾਲ ਪੁਰਖ ਸਰਬ ਵਿਆਪਕ ਦੇ ਚਰਨਾਂ ਤੇ ਮੱਥਾ ਟੇਕ ਕੇ ਅਰਦਾਸ ਕੀਤੀ ਹੈ ਕਰੇ ਪ੍ਰਤੀਗਿਆ ਮੈਂ ਜੋ ਮੁਖ ਤੇ ਬੇਨਤੀ ਕੀਤੀ ਮਹਾਰਾਜ ਮੈਂ ਹੁਣੇ ਪਰਣ ਕਰ ਲਿਆ ਕਿ ਚੜਦੀ ਸਵੇਰ ਨੂੰ ਤੁਸੀਂ ਆਣ ਕੇ ਦਰਸ਼ਨ ਦਿਓ ਜੀ ਪੂਰਹ ਸ੍ਰੀ ਜਗਦੀਸ਼ へ ਸ਼ਰੋਮਣੀ ਜਗਤ ਈਸ਼ਵਰ ਪਰਮੇਸ਼ਵਰ ਜੀ ਇਹ ਮੇਰਾ ਹੁਣ ਪਰਣ ਮੇਰੀ ਅਰਦਾਸ ਪੂਰੀ ਕਰੋ ਸਰਬ ਰੈਨ ਬਿਨ ਸੈਨ ਕੀ ਤੇ ਸਾਰੀ ਰਾਤ ਬੇਬੇ ਨਾਨਕ ਜੀ ਫਿਰ ਸੁੱਤੇ ਨਹੀਂ ਹਨ ਸੋ ਜਾਗਦੇ ਰਹੇ ਹਨ ਅਰਦਾਸ ਵਿੱਚ ਜੁੜ ਕੇ ਕਹਿਤ ਸੋ ਜਸ ਕੇ ਬੈਨ ਸੋਹਣੇ ਜਸ ਦੇ ਬਚਨ ਜਿਹੜੇ ਹਨ ਇਸ ਤੀਕੇ ਨਾਲ ਕੀਤੇ ਹਨ ਭਰਾਤ ਅਰਾਧਤ ਪ੍ਰੀਤ ਕਰ ਬੜਾ ਪ੍ਰੇਮ ਧਾਰ ਕਰਕੇ ਅਰਦਾਨਾ ਕਰਦੇ ਨੇ ਭਰਾਤਾ ਜੀ ਦੀ ਰਿਤੇ ਚਿਤਵ ਗੁਣ ਐਨ ਗੁਣਾ ਦੇ ਖਜ਼ਾਨੇ ਜਿਹਨੂੰ ਚੇਤੇ ਵਿੱਚ ਚੇਤੇ ਕਰਦੇ ਹਨ ਚਿਤ ਵਿੱਚ ਅਸ ਪ੍ਰਕਾਰ ਪੀ ਪੁਰਵਖੈ ਇਸ ਤੀਕੇ ਦੇ ਨਾਲ ਪੂਰੀ ਦੇ ਵਿੱਚ ਸਾਰੇ ਹੀ ਸੁਨਹੋ ਬੋ ਗੁਰ ਗਾਥ ਤੇ ਕਹਿੰਦੇ ਨੇ ਭਾਈ ਹੁਣ ਗੁਰੂ ਸਾਹਿਬ ਦੀ ਕਥਾ ਸਰਵਣ ਕਰੋ ਸੁਣੋ ਕਬ ਸੰਤੋਖ ਸਿੰਘ ਸਿਮਰ ਨਿਤ ਕਵੀ ਸੰਤੋਖ ਸਿੰਘ ਕਹਿੰਦੇ ਨੇ ਭੀ ਨਿਤ ਪ੍ਰਤੀ ਯਾਦ ਕਰਿਆ ਕਰੋ ਤੁਸੀਂ ਬੰਦੋਂ ਧਰ ਪਦ 마ਥ ਐਸੇ ਧਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਮੱਥਾ ਟੇਕ ਕੇ ਦੋਹਰਾ ਸ੍ਰੀ ਗੁਰ ਚਰਨ ਜਹ ਅਜ ਸੇ ਧੋ ਪ੍ਰਸੰਗ ਨੂੰ ਸੰਪੂਰਨ ਕਰਦੇ ਹੋਏ ਅਗਲਾ ਪ੍ਰਸੰਗ ਆਰੰਭ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਹਾਂ ਕਿ ਅਨ ਮੇਰੇ ਸਤਿਗੁਰੂ ਪਾਸ਼ਾ ਦੇ ਚੰਨ ਜਹਾਜ ਵਰਗੇ ਹਨ ਤਿੰਨ ਅਲੰਭ ਹੋ ਪਾਈ ਐਸੇ ਸਤਿਗੁਰੂ ਜੀ ਦੇ ਚਰਨ ਰੂਪ ਜਹਾਜ ਦਾ ਆਸਰਾ ਪ੍ਰਾਪਤ ਕਰਕੇ ਅਸੀਂ ਪਰੋਂ ਪਾਰ ਸੰਦੇਹ ਬਿਨ ਤੋ ਬਿਨਾ ਸ਼ੰਕੇ ਤੂੰ ਭਵਜਲ ਤੋਂ ਪਾਰ ਹੋਵਾਂਗੇ ਉਦਦ ਬਿਗਨ ਸਮਦਾਈ ਇਹ ਜਿਹੜਾ ਬਿਗਨਾ ਦਾ ਸਮੁੰਦਰ ਹੈ ਨਾ ਇਸ ਤੋਂ ਅਸੀਂ ਪਾਰ ਹੋ ਜਾਵਾਂਗੇ ਜੀ ਸ਼੍ਰੀ ਬਾਲਾ ਸੰਦਰਵਾਚ ਸ਼੍ਰੋਮਣੀ ਬਾਲਾ ਜੀ ਸੰਧੂ ਗੋਤਵਾਲੇ ਉਮਾਚ ਕਥਨ ਕਰਦੇ ਹਨ ਰਬਿਆ ਜਾਂ ਬਿੱਦ ਸੋ ਸੁਲਤਾਨਪੁਰੇ ਇਸ ਤਰੀਕੇ ਦੇ ਨਾਲ ਸੁਲਤਾਨਪੁਰ ਸਾਹਿਬ ਵਿੱਚ ਕੁੰ ਸ੍ਰੀ ਗੁਰजात ਭਏ ਪ੍ਰਭ ਪਾਸੀ ਤੋ ਮਹਾਰਾਜੀ ਅਕਾਲ ਪੁਰਖ ਪਰਮੇਸ਼ਵਰ ਦੇ ਹਜ਼ੂਰ ਗਏ ਹਨ ਆਨੰਦ ਕੰਦ ਪਿਖਿਓ ਕਰ ਬੰਦ ਤੋ ਆਨੰਦ ਦੇ ਦਾਤੇ ਆਪਣੇ ਨਿਰਗੁਣ ਬ੍ਰਹਮ ਪਰਮੇਸ਼ਵਰ ਸਰੂਪ ਨੂੰ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਕੀਤੇ ਨਮਸਕਾਰ ਕੀਤੀ ਹੈ ਕਹੀ ਅਬ ਬੰਦਨ ਦੰਡ ਸੰਕਾਸੀ ਹਰ ਆਨੇ ਡੰਡਾਉਤ ਬੰਦਨਾ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਹੈ ਜਾ ਕੇ ਸੱਚਖੰਡ ਵਿੱਚ ਮੰਦ ਹੈ ਮੰਦ ਮਰਦੰ ਮੁਸਕਾਏ ਤਾਂ ਹੌਲੀ ਹੌਲੀ ਆਕਾਰਪੁਰਖ ਜੀ ਕਹਿੰਦੇ ਮੁਸਕਰਾਏ ਹਨ ਧਿਆਨ ਜੁਗਿੰਦਨ ਕੇ ਨਿਤਵਾਸੀ ਜੋ ਜੋਗੀਆਂ ਦੇ ਇਸ ਪਰ ਈਸ਼ਵਰਾਂ ਜਿਹੜੇ ਜੋਗੀਆਂ ਦੇ ਵੱਡੇ ਮਹਾਨ ਜੋਗੀਆਂ ਦੇ ਹਿਰਦਿਆਂ ਦੇ ਵਿੱਚ ਧਿਆਨ ਦੇ ਵਿੱਚ ਵਸਣ ਵਾਲੇ ਜੋ ਹਨ ਵਾਹਿਗੁਰੂ ਜੀ ਬੈਨ ਭਨੇ ਗੁਣ ਐਨ ਪਰਮੇਸ਼ਰ ਗੁਰਾਂ ਦੇ ਖਜ਼ਾਨੇ ਪਰਮੇਸ਼ਰ ਜੀ ਨੇ ਕਹਿੰਦੇ ਬਚਨ ਕੀ ਹਨ ਆਵਹ ਨਾਨਕ ਨਾਮ ਬਿਲਾਸੀ ਆਉ ਧਨ ਗੁਰੂ ਨਾਨਕ ਨਾਮ ਵਾਲੇ ਜੀ ਕਉਤ ਕਰਨ ਵਾਲੇ ਆਉ ਜੀ ਆਇਆਂ ਨੂੰ ਕਾਰਨ ਜਾ ਅਵਤਾਰ ਧਰਿਓ ਭਾਵ ਜਿਸ ਕਾਰਨ ਕਰਕੇ ਸੰਸਾਰ ਵਿੱਚ ਤੁਸੀਂ ਨੇ ਅਵਤਾਰ ਧਾਰਨ ਕੀਤਾ ਹੈ ਕਾਰਜ ਜਾਇ ਕਰੋ ਅਬ ਸੋ ਉਹ ਕਾਰਜ ਹੁਣ ਜਾ ਕੇ ਤੁਸੀਂ ਪੂਰਾ ਕਰੋ ਦੁਨੀਆ ਵਿੱਚ ਹੈ ਕਲ ਕਾਲ ਕਰਾਲ ਵਿਸਾਲ ਹੈ ਇਹ ਕਲਯੁਗ ਦਾ ਸਮਾ ਬੜਾ ਭਿਆਨਕ ਹੈ ਜੀ ਮੰਦ ਮਤੀ ਮਨ ਮਾਨਵ ਹੋ ਕਿਉਂਕਿ ਮਨੁੱਖ ਜਿਹੜੇ ਨੇ ਬਹੁਤ ਮੰਦੀ ਮਤ ਵਾਲੇ ਹੋ ਚੁੱਕੇ ਹਨ ਦੇਵਨ ਪੂਜਿਤ ਨਾਮ ਤੇ ਬੇਮੁਖ ਪਰਮੇਸ਼ਰ ਕਹਿੰਦੇ ਮੇਰੇ ਨਾਮ ਤੋਂ ਬੇਮੁਖ ਹੋਏ ਨੇ ਤੇ ਦੇਵਤਿਆਂ ਦੀ ਪੂਜਾ ਵਿੱਚ ਲੱਗੇ ਹੋਏ ਨੇ ਕੇਵਲ ਪਾਪ ਪਰਾਇਨ ਜੋ ਤੇ ਸਿਰਫ ਪਾਪਾਂ ਦੇ ਹੀ ਆਸਰੇ ਹੋ ਚੁੱਕੇ ਹਨ ਲੋਕ ਜੋ ਹਨ ਭਾਉ ਭਲੇ ਭਗਤੀ ਪ੍ਰਗਟਾਬ ਹੋ ਤੁਸੀਂ ਭਣੀ ਪ੍ਰਕਾਰ ਪ੍ਰੇਮਾ ਭਗਤੀ ਨੂੰ ਪ੍ਰਗਟ ਕਰੋ ਜੀ ਭਾਰ ਧਰਾ ਪਰਪੂਰ ਬਿਗੋ ਜਿਹੜਾ ਧਰਤੀ ਤੇ ਬਹੁਤ ਅਕਿਰਤ ਕਣਾਂ ਦਾ ਭਾਰ ਪਿਆ ਹੋਇ ਉਸ ਨੂੰ ਤੁਸੀਂ ਬਗੋ ਦੂਰ ਕਰੋ ਜੀ ਜਾਤ ਅਪਾਰ ਨਿਰੈ ਨਰਕੂਰ ਇਹ ਜਿਤਨੇ ਬਹੁਤ ਲੋਕ ਜਿਹੜੇ ਨੇ ਇਹ ਤਾਂ ਨਰੋਲ ਹੀ ਨਰਕਾਂ ਚ ਜਾ ਕੇ ਪੈ ਰਹੇ ਹਨ ਪਾਪ ਕਰ ਕਰਕੇ ਨਹੀਂ ਸੁਖ ਨਹੀਂ ਸੁਖ ਮੂਰਖ ਸੂਰ ਕੁਭਾਗੇ ਖੋਟੇ ਭਾਗਾ ਵਾਲੇ ਹਨ ਮੋਤੇ ਮਾਣੇ ਕਰਮਾਂ ਵਾਲੇ ਹਨ ਇਸ ਤਰੀਕੇ ਦੇ ਨਾਲ ਸੋ ਜਾ ਕਰਕੇ ਭਿਆਨਕ ਨਰਕਾਂ ਵਿੱਚ ਪੈ ਰਹੇ ਹਨ ਇਹ ਲੋਕ ਝੂਠੇ ਹਨ ਜੋ ਪੰਥ ਤਿਆਗ ਕੋ ਪੰਥ ਭਰੀ ਜਿਹੜਾ ਸੱਚਾ ਰਸਤਾ ਸੀ ਪੰਥ ਧਰਮ ਸੀ ਸੱਚਾ ਧਰਮ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਉਹਨੂੰ ਛੱਡ ਕੇ ਇਹ ਤਾਂ ਖੋਟੇ ਪੰਥਾਂ ਵਿੱਚ ਰਸਤਿਆਂ ਵਿੱਚ ਪਏ ਹੋਏ ਨੇ ਸਭ ਲੰਪਟ ਦੰਬ ਆਰੰਭਤ ਪਾਗੇ ਸਾਰੇ ਹੀ ਇਸ ਪ੍ਰਕਾਰ ਪਖੰਡਾਂ ਦੇ ਵਿੱਚ ਲੰਪੜ ਫਸ ਕਰਕੇ ਇਸ ਪ੍ਰਕਾਰ ਸੋ ਪਖੰਡ ਕਰ ਰਹੇ ਹਨ ਨਾਮੇ ਕੀ ਸਿਫਤੀ ਪ੍ਰਕਾਸ਼ ਹੋ ਤੁਸੀਂ ਕਿਰਪਾ ਕਰੋ ਤੁਸੀਂ ਜਾਓ ਨਾਮ ਦੀ ਸਿਫਤ ਨੂੰ ਪ੍ਰਗਟ ਕਰੋ ਦੁਨੀਆ ਚ ਜਾ ਕੇ ਨਾਸ ਪਖੰਡ ਕਰੋ ਜਿਹ ਲਾਗੇ ਜਿਹਨੇ ਪਖੰਡਾਂ ਚ ਲੋਕ ਲੱਗ ਗਏ ਨੇ ਅਸਲ ਦੀ ਨਕਲ ਵਿੱਚ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਦੂਰ ਕਰੋ ਸ੍ਰੀ ਗੁਰਜੀ ਸੁਨ ਬੈਨ ਭਨੇ ਤੋਂ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਹਨ ਸੁਣ ਕੇ ਸ੍ਰੀ ਰਾਗ ਵਿਖੇ ਹਿਆਰਾ ਅਨਰਾਗੇ ਯਰਾ ਮੰਮਨ ਹਿਰਦਾ ਜਿਹੜਾ ਸੀ ਪ੍ਰੇਮੀ ਬਣਾ ਕੇ ਆਕਾਨ ਪੁਰਖ ਜੀ ਦੀ ਹਜ਼ੂਰੀ ਸੱਚਖੰਡ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਸ੍ਰੀ ਮੁਖਵਾਕ ਸ੍ਰੀ ਰਾਗ ਮਹੱਲਾ ਪਹਿਲਾ ਸ੍ਰੀ ਰਾਗ ਵਿੱਚ ਧੰ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਜੀ ਨੇ ਸੋ ਇਸ ਪ੍ਰਕਾਰ ਸ਼੍ਰੋਮਣੀ ਮੁਖਵਾਕ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਇਹ ਸ਼ਬਦ ਉਚਾਰਨ ਕਰਕੇ ਵਾਹਿਗੁਰੂ ਜੀ ਦਾ ਜਸ ਕੀਤਾ ਹੈ ਕੋਟ ਕੋਟੀ ਮੇਰੀ ਆਰਜਾ ਮਹਾਰਾਜ ਕਰੋੜਾਂ ਹੀ ਕਰੋੜਾਂ ਵਰਸ ਮੇਰੀ ਉਮਰ ਹੋ ਜਾਏ ਪਵਨ ਪੀਣ ਅਪਿਆਉ ਇਸ ਪ੍ਰਕਾਰ ਮੈਂ ਪੌਣ ਨੂੰ ਹੀ ਅਪਿਆਉ ਅੰਮ੍ਰਿਤ ਬਣਾ ਕੇ ਪੀਵਾਂ ਪੌਣ ਹਾਰੀ ਹੋਵਾਂ ਬਿਸ਼ੱਕ ਚੰਦ ਸੂਰਜ ਦੁਇ ਗੁਫਾ ਨਾ ਦੇਖਾ ਐਸਾ ਗੁਫਾ ਚ ਬਹਿ ਜਾਮਾ ਚੰਦਰਮਾ ਤੇ ਸੂਰਜ ਕਦੇ ਵੇਖਾਂ ਹੀ ਨਾ ਸੁਪਨੇ ਸੌਣ ਨਾ ਥਾਉ ਤੇ ਪ੍ਰਤੱਖ ਤਾਕੀ ਸੁਪਨੇ ਵਿੱਚ ਵੀ ਨੀਂਦਨ ਆਵੇ ਅਸੀਂ ਜਾਗਦੇ ਰਹੀਏ ਪੀ ਤੇਰੀ ਕੀਮਤ ਨਾ ਪਵੈ ਪਰ ਮਹਾਰਾਜ ਤੇਰੀ ਇਉਂ ਕੀਮਤ ਨਹੀਂ ਪਾਈ ਜਾ ਸਕਦੀ ਹੈ ਕੇਵੜ ਆਖਾ ਨਾ ਮੈਂ ਤੁਹਾਡੇ ਨਾਮ ਦੀ ਕਿੰਨੀ ਕ ਸਿਫਤ ਕਰਾਂ ਭਾਵ ਨਾਮ ਦੀ ਮਹਿਮਾ ਬਿਨਾ ਪਰਮੇਸ਼ਰ ਦੇ ਨਾਮ ਤੋਂ ਕਿਤਨੇ ਕੋਈ ਸਾਧਨ ਕਰੇ ਤਪੱਸਿਆ ਕਰੇ ਮਹਰ ਕਹਿੰਦੇ ਨਾਮ ਦੇ ਤੁਲ ਨਹੀਂ ਹੋ ਸਕਦੇ ਹਨ ਸੱਚ ਅਨੰਕਾਰ ਨਿਜ ਥਾਈ ਸੱਚਾ ਅਨੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਨਿਜ ਸਥਾਨ ਸੱਚਖੰਡ ਸਰੂਪ ਦੇ ਵਿੱਚ ਸੁਣ ਸੁਣ ਆਖਣ ਆਖਣਾ ਸੁਣ ਸੁਣ ਕਰਕੇ ਮੁਖ ਦਵਾਰਾਂ ਲੋਕ ਕਹਿੰਦੇ ਹਨ ਜੇ ਭਾਵੈ ਕਰੇ ਤਮਾਈ ਪਰ ਮਾਲਕ ਜੀ ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਤੁਸੀਂ ਕਰਦੇ ਹੋ ਜੀ ਰਹਾਉ ਵਿਸ਼ਰਾਮ ਦੇ ਕੇ ਸਤਿ ਉਹ ਜੀ ਬਖਸ਼ਿਸ਼ ਕਰਦੇ ਹਨ ਗੁੱਸਾ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਸੋ ਇਸ ਪ੍ਰਕਾਰ ਗੁੱਸਾ ਕਹਿੰਦੇ ਦੰਬ ਨੂੰ ਪਵਿੱਤਰ ਕਰਕੇ ਜਾਣਦੇ ਨੇ ਗੁੱਸਾ ਕਟੀਆਂ ਵਾਰ-ਵਾਰ ਵਾਰ-ਵਾਰ ਮੋੜ-ਮੋੜ ਕੇ ਜਿਵੇਂ ਦੰਬ ਨੂੰ ਕਟੀਆਂ ਪੀਸਣ ਪੀਸਾ ਪਾਏ ਜਿਸ ਤਰ੍ਹਾਂ ਨਾਲ ਚੱਕੀ ਵਿੱਚ ਪੀਸੀਦਾ ਇਸ ਤਰ੍ਹਾਂ ਨਾਲ ਪੀਸਣ ਨੂੰ ਵਿੱਚ ਕੋਈ ਪੀਣ ਲੱਗ ਪਵੇ ਇਸ ਤਰ੍ਹਾਂ ਦੀ ਕਠਨ ਮਿਹਨਤ ਕਰੇ ਅੱਗੇ ਸੇਤੀ ਜਾਲੀਆ ਇਸ ਪ੍ਰਕਾਰ ਅੱਗ ਦੇ ਨਾਲ ਭਾਵੇਂ ਕੋਈ ਸਾੜ ਦਵੇ ਭਸਮ ਸੇਤੀ ਰਲ ਜਾਉ ਫੇ ਭਸਮ ਬਣਾ ਕਰਕੇ ਸ੍ਰੀਨਦੀ ਤੇ ਇਸਵਾ ਵਿੱਚ ਰਲ ਜਾਈਏ ਭਾਵੇਂ ਪੀ ਤੇਰੀ ਕੀਮਤ ਨਾ ਪਵੈ اے ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ ਹੈ ਔ ਕੇਵਡ ਆਖਾ ਨਾਉ ਮੈਂ ਕਿਤਨਾ ਕਮਡਾ ਵਾਹਿਗੁਰੂ ਜੀ ਤੁਹਾਡਾ ਨਾਮ ਮੁਖ ਤੋਂ ਆਖਾਂ ਜੀ ਪੰਖੀ ਹੋਏ ਕਹਿ ਜੇ ਭਵ ਅਜੂਰ ਕੰਦੇ ਭਾਵੇਂ ਲੋਕੀ ਨਿੱਧੀਆਂ ਅਸ਼ਦੀਆਂ ਦੇ ਨਾਲ ਜਮੇ ਸਿੱਧ ਕਰਦੇ ਸੀ ਪੰਛੀ ਬਣ ਬਣ ਕਰਕੇ ਭਾਵੇ ਆਕਾਸ਼ ਮੰਡਲ ਦੇ ਵਿੱਚ ਉੱਡ ਜਾਈਏ ਸੈ ਅਸਮਾਨੀ ਜਾਉ ਤੂੰ ਮੈਂ ਸੈਂਕੜੇ ਆਕਾਸ਼ਾਂ ਦੇ ਵਿੱਚ ਉੱਡ ਜਾਵਾਂ ਮਿਸ਼ਕ ਨਦਰੀ ਕਿਸੇ ਨਾ ਆਵ ਤੇ ਮੈਂ ਇਤਨਾ ਉੱਚਾ ਉੱਡਾਂ ਕਿ ਕਿਸੇ ਨੂੰ ਨਜ਼ਰ ਹੀ ਨਾ ਆਵਾ ਨਾ ਕਿਸ ਪੀਆ ਨਾ ਖਾਉ ਪੌਣ ਆਹਾਰੀ ਹੋ ਜਾਵਾਂ ਕੁਝ ਨਾ ਪੀਵਾਂ ਨਾ ਕੁਝ ਖਾਵਾਂ ਪੀ ਤੇਰੀ ਕੀਮਤ ਨਾ ਪਵੈ ਇਹ ਫਿਰ ਵੀ ਮਾਲਕ ਜੀ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ ਹੈ ਕਵੱਡ ਆਖਣਾਉ ਮੈਂ ਕਿਤਨਾ ਕਵੱਡਾ ਤੁਹਾਡੇ ਨਾਮ ਨੂੰ ਆਖਾਂ ਭਾਵ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਇਤਨਾ ਮਹਾਨ ਹੈ ਕਿ ਐਹੋ ਜੇ ਸਾਧਨ ਕਰਦਿਆਂ ਵੀ ਬਰਬਰੀ ਨਹੀਂ ਹੋ ਸਕਦੀ ਹੈ ਨਾਨਕ ਕਾਗਦ ਲਖ ਮਣਾ ਭਾਵੇਂ ਲੱਖਾਂ ਮਣਾ ਕਾਗਜ਼ ਜਿਹੜੇ ਹਨ ਪੜ ਪੜ ਕੀਚੇ ਭਾਉ ਬੜੇ ਪ੍ਰੇਮ ਦੇ ਨਾਲ ਪੜ ਪੜ ਕਰਕੇ ਜਿਤਨੇ ਲੱਖਾਂ ਮਣ ਗ੍ਰੰਥ ਮੰਦਾਂ ਪੜ ਲਵੇ ਮਿਸ਼ਕ ਮਸੂ ਟੋਟ ਨਾ ਆਵਈ ਤੇ ਹਾਂ ਜਿਹੜੀ ਮਸੂਕੀ ਹੈ ਜਿਹੜੀ ਸ਼ਾਈਂ ਆ ਲਿਖਣ ਵਾਲੀ ਸੋ ਉਹਦਾ ਵੀ ਘਾਟਾ ਨਾ ਆਵੇ ਜਿੰਨੀ ਮਰਜੀ ਸ਼ਾਈਂ ਨਾਲ ਲਿਖੀ ਜਾਵੇ ਕੋਈ ਲੇਖਣ ਪਾਉਣ ਚਲਾਓ ਤੇ ਕਲਮ ਜਿਹੜੀ ਹੈ ਉਹਦੇ ਥਾਂ ਤੇ ਹਵਾ ਨੂੰ ਲਾ ਦੀਏ ਇਹੋ ਹੀ ਹੀ ਪਾਉਣ ਜਿਹੜੀ ਆ ਲਿਖਣ ਲੱਗ ਜਾਵੇ ਤੇ ਤੇਰੀ ਕੀਮਤ ਨਾ ਪਾਵੇ اے ਮੇਰੇ ਮਾਲਕ ਵਾਹਿਗੁਰੂ ਜੀ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ ਮੁੱਲ ਨਹੀਂ ਪਾਇਆ ਜਾ ਸਕਦਾ ਕੇਵੜ ਆਖਾ ਨਾਮ ਮੈਂ ਕਿਤਨਾ ਕਮੰਡਾ ਆਪਜੀ ਦਾ ਨਾਮ ਐ ਆਖਾਂ ਕਿਉਂਕਿ ਅਕਾਲ ਪੁਰਖ ਦਾ ਸੱਚਖੰਡ ਚ ਹੁਕਮ ਹੋਇਆ ਮੇਰੇ ਨਾਮ ਦੀ ਸਿਫਤ ਕਰੋ ਤਾਂ ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਕੀਤੀ ਹੈ ਸ਼ਬਦ ਉਚਾਰ ਕੇ ਦੋਹਰਾ ਪਰ ਬ੍ਰਹਮ ਬਿਗਸੇ ਸੁਨਤ ਜਦੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰਗੁਣ ਰੂਪ ਵਾਲੇ ਨੇ ਆਪਣੇ ਨਿਰਗੁਣ ਰੂਪ ਦੀ ਮਹਿਮਾ ਕੀਤੀ ਤਾਂ ਸੁਣ ਕੇ ਬਹੁਤ ਖੁਸ਼ ਹੋਏ ਹਨ ਮੰਤਰ ਦੀਨ ਗੁਰ ਹੋਏ ਫਿਰ ਗੁਰੂ ਰੂਪ ਹੋ ਕੇ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਸੋ ਮੰਤਰ ਬਖਸ਼ਿਸ਼ ਕੀਤਾ ਗੁਰੂ ਰੂਪ ਹੋ ਕੇ ਸਿਰ ਨਾਨਕ ਧਾਰਨ ਕਰਿਓ ਧੰ ਗੁਰੂ ਨਾਨਕ ਸਾਹਿਬ ਨੇ ਫੇ ਉਸ ਮੰਤਰ ਨੂੰ ਧਾਰਨ ਕੀਤਾ ਹੈ ਵਰਨ ਸੁਨਾਗੋ ਸੋਏ ਕਵੀ ਜੀ ਕਹਿੰਦੇ ਉਹ ਅੱਖਰ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜੋ ਧੰਨ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਖ ਨੇ ਗੁਰੂ ਰੂਪ ਹੋ ਕੇ ਜੋ ਮੰਤਰ ਬਖਸ਼ਿਆ ਹੈ ਇੱਕ ਓ ਅੰਗ ਅਕਾਲ ਪੁਰਖ ਪਰਮੇਸ਼ਰ ਜੀ ਕਹਿੰਦੇ ਅਸੀਂ ਇੱਕੋ ਹੀ ਰੂਪ ਹਾਂ ਓ ਓੰਕਾਰ ਸਭ ਦੇ ਪ੍ਰਕਾਸ਼ਕ ਹਾਂ ਸਤ ਨਾਮ ਸੱਚੋ ਸਦਾ ਹੀ ਸੱਚ ਜੋ ਵਿਨਾਸ਼ ਨਾ ਹੋਵੇ ਨਾਮ ਸਦਾ ਪ੍ਰਸਿੱਧ ਹੈ ਕਰਤਾ ਪੁਰਖ ਸਭ ਜਗਤ ਨੂੰ ਅਨੇਕ ਪ੍ਰਕਾਰ ਦੀ ਰਚਨਾ ਨੂੰ ਕਰਤਾ ਕਰਨ ਵਾਲੇ ਹਨ ਪੁਰਖ ਪੂਰਨ ਹਨ ਸਾਰੇ ਵਿਆਪਕ ਨਿਰਭਉ ਨਿਰਵੈਰ ਕਿਸੇ ਦਾ ਡਰ ਨਹੀਂ ਹੈ ਕਿਸੇ ਨਾਲ ਵੈਰ ਨਹੀਂ ਹੈ ਅਕਾਲ ਮੂਰਤ ਮੂਰਤ ਅਸਤੀ ਹੈ ਔਰ ਕਹਿੰਦੇ ਆਕਾਲ ਕਾਲ ਸਮੇ ਦਾ ਅਸਰ ਨਹੀਂ ਉਹਦਾ ਕਾਲ ਨਹੀਂ ਹੈ ਕਦੇ ਅਜੁਨੀ ਸੈ ਭੰ ਤੋ ਕਹਿੰਦੇ ਜੁਨਾ ਵਿੱਚ ਨਹੀਂ ਆਉਣ ਵਾਲਾ ਸਰੂਪ ਹੈ તે સહેબ ਅੰਕਸੂ ਦੇ ਪ੍ਰਕਾਸ਼ ਆਪਣੇ ਆਪ ਤੋਂ ਪ੍ਰਕਾਸ਼ ਕਰਨ ਵਾਲਾ ਰੂਪ ਹੈ ਇਹ ਮੰਤਰ ਹੈ ਆਕਾਲ ਪੁਰਖ ਨੇ ਆਪਣਾ ਰੂਪ ਬਿਆਨ ਕੀਤਾ ਹੈ ਗੁਰ ਪ੍ਰਸਾਦ ਐਸੇ ਸਰੂਪ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ ਹੈ ਗੁਰੂ ਪਹਿਲੇ ਸਤ ਕਿਹਾ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ ਅਸਲ ਜੋ ਹੈ ਸਵਈਆ ਬਹੁਰ ਧੁਨ ਪੂਰ ਗੰਭੀਰ ਭਨੈ ਫਿਰ ਬੜੀ ਗੰਭੀਰ ਧੁਨੀ ਦੇ ਵਿੱਚ ਉਚਾਰਨ ਕੀਤਾ ਆਕਾਲ ਪੁਰਖ ਜੀ ਨੇ ਤਜਿਐ ਕਿਤ ਕੋ ਬਿਦ ਤਾਵਹ ਜਾਈ ਉਹ ਕਹਿੰਦੇ ਜਿਹੜਾ ਕੰਮ ਤੁਸੀਂ ਕਰਤ ਕੰਮ ਕੀਤੀ ਸ਼ੁਰੂ ਹਟ ਸਾਹਿਬ ਦੀ ਉਹਨੂੰ ਛੱਡ ਕਰਕੇ ਹੁਣ ਅਹ ਕੰਮ ਕਰੋ ਜਿਹੜਾ ਨਾਮ ਜਪਉਣਾ ਹੈ ਤੇ ਕਲ ਜੋਗੀ ਜੀਵਨ ਨਰਕਾ ਚ ਪੈਣੋਂ ਬਚਾਉਣਾ ਹੈ ਪਦ ਬੰਦਨ ਕੋ ਕਰ ਫੇਰ ਮੁਰੇ ਤੇ ਇਸ ਤਰ੍ਹਾਂ ਚਰਨਾ ਕਮਨਾ ਤੇ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਮੁੜੇ ਵਾਪਸ ਸੱਚਖੰਡ ਚੋਂ ਦੁੱਖ ਦੁੰਦ ਮਿਟੇ ਜਿਹਕੇ ਦਰਸਾਈ ਜਿਨ੍ਹਾਂ ਦੇ ਦਰਸ਼ਨ ਕਾਣੇ ਦੁੰਦ ਸਮੂਹ ਦੁੱਖ ਹੀ ਮਿਟ ਜਾਂਦੇ ਹਨ ਜਹਤੇ ਅਸੂ ਗਏ ਤਿਹ ਠੌਰ ਆਏ ਜਿੱਥੋਂ ਗੁਰੂ ਸਾਹਿਬ ਬਈ ਨਦੀ ਵਿੱਚੋਂ ਗਏ ਸਨ ਉਸੇ ਥਾਂ ਤੇ ਗੁਰੂ ਸਾਹਿਬ ਜੀ ਪ੍ਰਗਟ ਹੋਏ ਹਨ ਸੁਖਦਾਸ దਏ ਜਿਹ ਨਾਮ ਜਪਾਈ ਨਾਮ ਜਪਾ ਕਰਕੇ ਜਿਨ੍ਹਾਂ ਨੇ ਆਪਣੇ ਸਿੱਖਾਂ ਸੇਵਕਾਂ ਨੂੰ ਮਹਾਨ ਸੁਖ ਦਿੱਤੇ ਹਨ ਗੁਰ ਕਿੰਕਰ ਲੇ ਕਰ ਚੀਰ ਬਰੰ ਪਰ ਸ੍ਰੇਸ਼ਟ ਗੁਰੂ ਸਾਹਿਬ ਦੇ ਵਸਤਰਾਂ ਨੂੰ ਲੈ ਕੇ ਗੁਰੂ ਦਾ ਸੇਵਾਦਾਰ ਜੋ ਸੇਵਕ ਦਾਸ ਸੀ ਉਸ ਵੇਲੇ ਦੋ ਹੀ ਸੇਵਕ ਸਨ ਗੁਰੂ ਸਾਹਿਬ ਦੇ ਕੋਲ ਭਾਈ ਭਗੀਰਥ ਜੀ ਤੇ ਭਾਈ ਬਾਲਾ ਜੀ ਤੇ ਭਗੀਰਥ ਜੀ ਨੂੰ ਕਿਹਾ ਸੀ ਕਿ ਤੂੰ ਕਦੇ ਕਦੇ ਆਣ ਕੇ ਦਰਸ਼ਨ ਕਰਿਆ ਕਰ ਤੋ ਖੈਰ ਭਾਈ ਸਾਹਿਬ ਨੇ ਨਾਂ ਨਹੀਂ ਦਿੱਤਾ ਹੈ ਤੋਂ ਕਹਿੰਦੇ ਨੇ ਸੇਵਕ ਰੋਜ਼ ਨਿਜਮ ਦੇ ਨਾਲ ਸੋ ਗੁਰੂ ਸਾਹਿਬ ਦੇ ਬਸਤਰ ਲੈ ਕਰਕੇ ਉੱਥੇ ਜਾਇਆ ਕਰਦਾ ਸੀ ਫਿਰ ਤੀਰ ਵਈ ਨਿਤ ਹੋਵੇ ਆਈ ਤੋਂ ਨਿਤ ਵਈ ਦੇ ਕਿਨਾਰੇ ਤੇ ਜਾ ਕੇ ਗੁਰੂ ਸਾਹਿਬ ਇਸ਼ਨਾਨ ਵਾਲੇ ਸਮੇਂ ਤੇ ਰੋਜ਼ ਜਾਂਦਾ ਹੈ ਉਡੀਕ ਕਰਕੇ ਤੇ ਆਪ ਇਸ਼ਨਾਨ ਕਰਕੇ ਸਿਮਰਨ ਕਰਕੇ ਵਾਪਸ ਆਉਂਦਾ ਹੈ ਦੋਹਰਾ ਜਹ ਪਰਵੇਸ ਇੱਕ ਕੋਸ ਤਹ ਜਿੱਥੇ ਗੁਰੂ ਸਾਹਿਬ ਨੇ ਵਈਂ ਚ ਪ੍ਰਵੇਸ਼ ਕੀਤਾ ਸੀ ਫਿਰ ਹਜ਼ੂਰ ਪਾਸ਼ਾ ਉੱਥੋਂ ਇੱਕ ਕੋਹ ਪਰੇ ਹੋ ਕੇ ਨਿਕਸੇ ਗੁਰੂ ਪਰਬੀਨ ਅੰਤਰਜਾਮੀ ਸਤਗੁਰੂ ਪਾਤਸ਼ਾਹ ਜੀ ਪ੍ਰਗਟ ਹੋਏ ਹਨ ਸੰਤ ਘਾਟ ਅਬ ਲਗ ਬਿੱਦਤ ਹੁਣ ਤੱਕ ਉਸ ਗੁਰਦੁਆਰੇ ਦਾ ਨਾਮ ਹੈ ਸੰਤ ਘਾਟ ਸਤਗੁਰੂ ਨਾਨਕ ਸਾਹਿਬ ਜਿੱਥੇ ਪ੍ਰਗਟ ਹੋਏ ਸਨ ਦਰਸ ਸਹਿ ਸਿੱਖ ਸੋਚੀਨ ਜਾਣ ਲੋ ਗੁਰੂ ਦੇ ਸਿੱਖ ਫਿਰ ਉੱਥੇ ਜਾ ਕੇ ਦਰਸ਼ਨ ਕਰਦੇ ਹਨ ਸਰਦਾ ਉਰ ਪੂਰ ਨਿਹਾਰਤ ਉਹ ਭਾਰੀ ਸਰਦਾ ਧਾਰ ਕਰਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਹਨ ਬਾਰ ਗੁਰੂ ਪਾਦ ਪ੍ਰੇਮ ਮੈਂ ਹੋਤ ਅਧੀਰਾ ਉਹ ਇਸ ਪ੍ਰਕਾਰ ਧੀਜ ਤੋਂ ਰਹਿਤ ਹੋ ਕਰਕੇ ਸਾਰੇ ਜਿਹੜੇ ਸਨ ਗੁਰੂ ਸਾਹਿਬ ਦੇ ਜਾ ਕੇ ਦਰਸ਼ਨ ਕੀਤੇ ਹਨ ਮੁਖ ਸੋਚਤ ਲੋਚਨ ਨੀਰ ਬਮੋਚਤ ਉਹ ਸੋਚਾਂ ਸੋਚਦੇ ਨੇ ਨਿਤ ਜੋ ਨੀਰ ਬਹਾਉਂਦੇ ਹਨ ਵਿਰਾਗ ਦਾ ਜਲ ਚਉਪਤ ਚੀਤ ਹਲੈ ਝੱਖ ਨੀਰਾ ਤੋ ਇਸ ਪ੍ਰਕਾਰ ਚਿਤ ਵਿੱਚ ਉਤਸ਼ਾਹ ਹੈ ਨੇਤਰਾਂ ਦੇ ਵਿੱਚ ਜਲ ਇਉਂ ਜਿਵੇਂ ਮੱਛੀ ਜਣੀ ਆ ਪਾਣੀ ਵਿੱਚ ਹੋਵੇ ਇਉਂ ਨੇਤਰ ਉਹਨਾਂ ਦੇ ਤਰ ਹੋ ਜਾਂਦੇ ਹਨ ਇਸ਼ਨਾਨ ਸਮੇਂ ਨਿਕਸੇ ਕਰਨਾ ਕਰ ਜਦੋਂ ਨਿਤ ਇਸ਼ਨਾਨ ਕਰਦੇ ਸੀ ਉਸੇ ਸਮੇਂ ਤੇ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਨਿਕਲੇ ਜਲ ਵਿੱਚੋਂ ਬਾਸੁਰ ਤੀਨ ਬਿਤਾਏ ਗਹੀਰਾ ਤਨ ਮੇਰੇ ਸਤਿਗੁਰੂ ਜੀ ਖਜ਼ਾਨਾ ਰੂਪ ਤਿੰਨ ਦਿਨ ਜਾ ਰਹੇ ਹਨ ਇਸ ਤਰ੍ਹਾਂ ਮਹਾਰਾਜ ਨੇ ਦ੍ਰਿਗ ਦੇਖਤ ਹੀ ਓਮਗਾ ਅਨਰਾਗ ਤੋ ਦਰਸ਼ਨ ਕਰਦਿਆਂ ਸਾਰ ਹੀ ਪ੍ਰੇਮ ਪੈਦਾ ਹੋਇਆ ਹਿਰਦੇ ਵਿੱਚ ਸੇਵਕ ਦੇ ਸੋ ਭਾਗ ਜੋ ਦਾਸ ਖਰਾ ਜਲ ਤੀਰਾ ਸੋਣਾ ਭਾਗੇ ਭਾਗਾ ਵਾਲਾ ਜੋ ਸੇਵਕ ਖੜਾ ਸੀ ਕਿਨਾਰੇ ਤੇ ਦਰਸ਼ਨ ਕਰਕੇ ਨਿਹਾਲ ਹੋਇਆ ਦੂਰ ਕਰੀ ਪਦ ਮੈਂ ਅਬ ਬੰਦਨ ਤੋਂ ਦਿਲੋਂ ਹੋ ਕਰਕੇ ਭਜ ਕੇ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਅੰਬਰ ਦੀਨ ਸੁਖੰ ਪਾਇਓ ਤੋ ਮੇਰੇ ਸਤਿਗੁਰੂ ਪਾਛੋ ਨੂੰ ਬਸਤਰ ਦੇ ਕਰਕੇ ਮਹਾਨ ਸੁਖ ਦੀ ਪ੍ਰਾਪਤ ਕੀਤੀ ਸੇਵਕ ਨੇ ਦੇਖ ਦਇਆਤ ਸੇ ਤਿਹਕਾਰ ਤੋ ਮੇਰੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਉਸ ਸਮੇਂ ਜੀ ਨਿਹਾਲ ਭਇਓ ਇਵ ਬੈਨ ਅਲਾਇਓ ਮੁੜ ਨਿਹਾਲ ਹੋਇਆ ਇਸ ਤਰ੍ਹਾਂ ਬਚਨ ਉਚਾਰਨ ਕੀਤੇ ਹਨ ਛੂਟ ਕਪਾਟ ਗਏ ਝਟਤੀ ਤੋ ਝਟ ਹੀ ਕਹਿੰਦੇ ਨੇ ਸੇਵਕ ਦੇ ਤਖਵਾੜ ਖੋਲ ਦਿੱਤੇ ਉਸ ਨੂੰ ਤਾਂ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ ਦਿੱਤਾ ਹੈ ਬ੍ਰਹਮ ਠਾਟ ਹਟਾ ਘਟ ਗਿਆਨ ਸੁਹਾਇਓ ਭਰ ਮੰਦਾ ਠਾਟ ਬਨਾਵਟ ਦੂਰ ਹੋ ਗਈ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਮੰਦੇ ਮੰਦ ਚੱਲੇ ਪੁਰ ਕੋ ਜੋ ਤੋ ਹੌਲੀ ਹੌਲੀ ਕਹਿੰਦੇ ਨੇ ਪੂਰੀ ਨੂੰ ਚੱਲ ਪਏ ਹਨ ਤੰਬ ਨਕੰਦਨ ਕੋ ਭਵ ਆਇਓ ਇਸ ਪ੍ਰਕਾਰ ਪਖੰਡਾ ਨੂੰ ਦੂਰ ਕਰਨ ਵਾਸਤੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਹਨ ਤੋ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਗਰੀਬ ਨਿਵਾਜ ਬਖਸ਼ਿਸ਼ ਕੀਤੀ ਸਤ ਸੰਗਤ ਜੀ ਇਉਂ ਵਈ ਨਦੀ ਦੇ ਜਲ ਦਾ ਪੜਦਾ ਕਰਕੇ ਸੱਚਖੰਡ ਪਰਵੇਸ਼ ਕੀਤਾ ਹੈ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਨੇ ਜਿਸ ਤਰ੍ਹਾਂ ਹੁਣ ਮਹਾਰਾਜ ਜੀ ਰੂਪ ਪ੍ਰਗਟ ਕਰਕੇ ਬਖਸ਼ਿਸ਼ਾਂ ਕਰਦੇ ਨੇ ਤਾਂ ਕਵੀ ਜੀ ਸੁੰਦਰ ਢੰਗ ਦੇ ਨਾਲ ਉਹ ਗੁਰੂ ਪਾਤਸ਼ਾਹੀ ਜੀ ਦੇ ਪਵਿੱਤਰ ਇਤਿਹਾਸ ਨੂੰ ਵਰਣਨ ਕਰ ਰਹੇ ਨੇ ਸਮੇਂ ਦੇ ਨਾਲ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ ਇਤਿਹਾਸ ਤੋਂ ਦਰਸ਼ਨ ਕਰਾਂਗੇ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰੂ ਪਾਤਸ਼ਾਹੀ ਦਾ ਪਿਆਰ ਵਿਸ਼ਵਾਸ ਬੇਬੇ ਨਾਨਕੀ ਦੀ ਨਿਆਂ ਸਾਡਾ ਡਿੜ੍ਹ ਹੋਵੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰ ਲੋਕ ਸੁਹਿਲ ਨੇ ਨਾਨਕ ਘਾਟ ਨਵਿਆਪੇ ਮੇਲੇ ਦੀ ਬਰਤਨ ਪਾਤਰ ਬਣੀਏ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸਣੀਆਂ ਜੋ ਮੈਂ ਸਾਬ ਸਿਓ ਮੇਲੇ ਦੀ ਦਾਤ ਪ੍ਰਾਪਤ ਹੋਵੇ ਛੂਟ ਕਪਾਟ ਗਏ ਝਟਤੀ ਭ੍ਰਮ ਠਾਟ ਹਟਾ ਘਟ ਗਿਆਨ ਸੁਹਾਇਉ ਮੰਦ ਹੈ ਮੰਦ ਚੱਲੇ ਪੁਰ ਕੋ ਜੋ ਦੰਬ ਨਕੰਦਨ ਕੋ ਭਵ ਆਇਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ